वाहिगुरु साहिब जी, ज्यों बुलावै त्यों बोलै स्वामी, कुदरत कवन हमारी, साध संग नानक जस गायो, जो प्रभ की आत प्यारी, जिता जियो पिंड सब तेरा, तू अंतर जामी पुरख भगवान, दासन दास कह जान नानक, जेहा तू कराए तेहा हों करी वख्यान, होवै सिफत खसामदे नूरे अरसों कुरसों चटी है, तुद डिठे सचे पातशाह, मल जन्म जन्म दे तुद डिठे सचे पातशाह, मल जन्म जन्म दी कटी सतनाम श्री वाहेगुरु साहेब जीओ। श्लोक महला पंजवा, जा पेरे अंदर ता तन बाहर, जा पेर बाहर ता तन महर, जा पेर अंदर ता तन बाहर। वाहेगुरु जी का खालसा, वाहे गुरु जी की फतेह। सतगुरां दी साजी नवाजी, गुरु की संगत, सतगुरु पातशाह महाराज साहब जीआं दी पावन पवित्र हजूरी अंदर सभायमान हुंदिआं होइआं गुरु की बाणी दे कीर्तन दी दात आप संगतां ने सरवण कीती है। इस वेले सतगुरु कृपा करदिया लड़ीवार जो कथा दी दात है सानू बख्शिश कर रहे ने, गुरु अर्जन देव महाराज साहब जीआं दे वल्लों उच्चारण कीती हुई ये वार जो है इसनू आपां सरवण करन जा रहे हाँ। आओ मन दे ध्यान नू टकाईए, भावना दे नाल सतगुरां दे अमृत बचन सरवण करिए, मिलके आखिए सतनाम श्री वाहेगुरु साहिब जी। सतनाम श्री वाहेगुरु साहिब जीओ। श्लोक महला पंजवा। पंचम पातशाह धन गुरु अर्जन देव पातशाह जी पवित्र श्लोक दी बख्शिश कर रहे ने। इस वार दे अंदर महाराज जिया ने 22 श्लोक कथन किए ने। 22 श्लोकों के विचों 17 श्लोक आप पिछे सरवण कर लए ने। अज 18वां श्लोक महाराज इस वार दा बख्शिश कर दे पै। गुरु ग्रंथ साहिब जिया के अंग नंबर 965 के उपर ਇਹ ਅੱਜ ਦਾ ਜੋ ਸ਼ਬਦ ਹੈ ਸਾਨੂੰ ਪ੍ਰਾਪਤ ਹੋ ਰਿਹਾ ਹੈ। ਜਾ ਫਿਰ ਅੰਦਰ ਤਾਂ ਧਨ ਬਾਹਰ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਜਿਸ ਵੇਲੇ ਪਰਮਾਤਮਾ ਅੰਦਰ ਸਾਖਿਆਤ ਹੋਇਆ, ਅੰਦਰ ਪ੍ਰਗਟ ਹੋਇਆ, ਬਚਨ ਆਪਾਂ ਪੜ੍ਹਦੇ ਹਾਂ ਨਾ, ਵਸੀ ਰੱਬ ਹਿਆਲੀ ਹੈ,
ਜਿਨ੍ਹਾਂ ਨੇ ਬੰਦਗੀ ਕੀਤੀ ਨਾਮ ਜਪਿਆ ਉਹਨਾਂ ਦੇ ਅੰਦਰ ਰੱਬ ਜਿਹੜਾ ਵਸਿਆ ਹੋਇਆ ਪ੍ਰਗਟ ਹੋ ਗਿਆ ਅਤੇ ਜਿਨ੍ਹਾਂ ਦੇ ਅੰਦਰ ਪ੍ਰਗਟ ਹੋਇਆ ਜਾਂ ਪਿਰ ਅੰਦਰ ਪਿਰ ਨਾਮ ਹੈ ਪਤੀ ਪਰਮਾਤਮਾ ਦਾ ਕਹਿਣ ਲੱਗੇ ਜਦੋਂ ਪਤੀ ਪਰਮਾਤਮਾ ਅੰਦਰ ਪ੍ਰਗਟ ਹੋਇਆ ਹੈ ਸਾਖਿਆਤ ਹੋਇਆ ਹੈ ਧਨ ਬਾਹਰ ਇਹ ਜਿਹੜੀ ਮਾਇਆ ਹੈ ਨਾ ਧਨ ਨਾਮ ਹੈ ਮਾਇਆ ਇਹ ਮਾਇਆ ਫਿਰ ਅੰਦਰੋਂ ਬਾਹਰ ਹੋ ਗਈ ਸਾਡਾ ਹਰ ਵੇਲੇ ਮਾਇਆ ਦਾ ਫੁਰਨਾ ਹੈ ਮਾਇਆ ਮਨੋ ਨਾ ਵਿਸਰੈ ਮੰਗ ਹੈ ਦਮਾ ਦਮ ਸਾਹ ਲੈਣਾ ਭੁੱਲ ਸਕਦਾ ਮਾਇਆ ਮੰਗਣਾ ਨਹੀਂ ਭੁੱਲਦਾ ਉਹਦਾ ਕਾਰਨ ਕੀ ਉਹ ਮਾਇਆ ਸਾਡੇ ਅੰਦਰ ਬੈਠੀ ਹੋਈ ਹੈ ਹਰ ਵੇਲੇ ਕੋਈ ਨਾ ਕੋਈ ਫੁਰਨਾ ਕਰਦੀ ਹੈ ਅੱਜ ਮੈਨੂੰ ਆਹ ਮਿਲ ਜਾਵੇ ਅੱਜ ਮਾਇਆ ਇਸ ਰੂਪ ਵਿੱਚ ਆ ਜਾਵੇ ਅੱਜ ਮਾਇਆ ਇਸ ਰੂਪ ਵਿੱਚ ਆ ਜਾਵੇ ਪਰ ਗੁਰਮੁਖੋ ਇਕੱਲੇ ਰੁਪਈਏ ਨੂੰ ਮਾਇਆ ਨਹੀਂ ਕਿਹਾ ਹੈ ਵੀ ਇਕੱਲਾ ਇਹ ਜਿਹੜਾ ਸੰਸਾਰੀ ਮਾਇਆ ਇਹ ਰੁਪਈਏ ਨਹੀਂ ਮਾਇਆ ਉਹ ਹੈ ਜਿਹਨੂੰ ਵੇਖ ਕੇ ਪਰਮਾਤਮਾ ਭੁੱਲ ਜਾਵੇ ਹੋ ਸਕਦਾ ਤੁਹਾਡੇ ਅੰਦਰ ਪੁੱਤਰ ਦਾ ਚੇਤਾ ਹੋਵੇ ਹੋ ਸਕਦਾ ਤੁਹਾਡੇ ਅੰਦਰ ਪਰਿਵਾਰ ਦੀ ਕੋਈ ਜ਼ਿੰਮੇਵਾਰੀ ਕੋਈ ਦੁੱਖ ਸੁੱਖ ਉਹਦਾ ਕੋਈ ਖਿਆਲ ਹੋਵੇ ਹੋ ਸਕਦਾ ਇਸੇ ਤਰ੍ਹਾਂ ਕੋਈ ਦੁਨੀਆਦਾਰੀ ਦੇ ਧੰਦੇ ਦਾ ਫਿਕਰ ਹੋਵੇ ਇਹ ਸਾਰਾ ਕੁਝ ਮਾਇਆ ਹੀ ਹੈ ਕਿਸੇ ਕੰਮ ਦਾ ਫਿਕਰ ਹੋ ਸਕਦਾ ਚਿੰਤਾ ਹੋ ਸਕਦੀ ਹੈ ਕਿਸੇ ਪੁੱਤਰ ਬੱਚੇ ਧੀ ਦਾ ਪਿਆਰ ਮੋਹ ਹੋ ਸਕਦਾ ਸਰੀਰ ਦੀ ਬਿਮਾਰੀ ਦੁੱਖ ਹੋ ਸਕਦਾ ਹੈ ਇਹ ਸਾਰੇ ਰੂਪ ਮਾਇਆ ਦੇ ਨੇ ਅਤੇ ਅਸੀਂ ਅੰਦਰੋਂ ਮੰਗਦੇ ਹਾਂ ਕਦੇ ਕੁਝ ਮੰਗਦੇ ਹਾਂ ਕਦੇ ਕੁਝ ਮੰਗਦੇ ਹੋ ਮਾਇਆ ਸਾਡੇ ਅੰਦਰ ਬੈਠੀ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਡੇ ਕੋਲੋਂ ਬੁਲਾਉਂਦੀ ਹੈ ਅਤੇ ਫਿਰ ਅਸੀਂ ਮੰਗਦੇ ਹਾਂ ਇਹ ਮਾਇਆ ਜਿੱਤ ਹਰ ਵਿਸਰੈ ਮੂੰਹ ਉਪਜੈ ਭਾਉ ਦੂਜਾ ਲਾਇਆ ਪਰ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਨਾਮ ਜਪਿਆ ਨਾ ਗੁਰਮੁਖਾਂ ਨੇ ਉਹਨਾਂ ਦੇ ਅੰਦਰ ਪਰਮਾਤਮਾ ਵੱਸ ਗਿਆ ਅਤੇ ਮਾਇਆ ਬਾਹਰ ਹੋ ਗਈ ਫਿਰ ਉਹ ਸਰੀਰ ਦਾ ਸੁੱਖ ਵੀ ਨਹੀਂ ਮੰਗਦੇ ਪਦਾਰਥ ਵੀ ਨਹੀਂ ਮੰਗਦੇ ਆਪਾਂ ਇੱਕ ਸਾਖੀ ਸਰਵਣ ਕਰਦੇ ਨਾ ਭਾਈ ਭਿਖਾਰੀ ਜੀ ਜਦੋਂ ਪੁੱਤਰ ਦਾ ਵਿਆਹ ਕਰਕੇ ਘਰ ਆਏ ਅਤੇ ਘਰ ਦੇ ਦਰਵਾਜ਼ੇ 'ਤੇ ਆ ਕੇ ਪੁੱਤਰ ਚੜ੍ਹਾਈ ਕਰ ਗਿਆ ਲੋਕਾਂ ਨੇ ਆਖਿਆ ਲਿਆਓ ਸਮਾਨ ਇਹਦਾ ਸੰਸਕਾਰ ਕਰੀਏ ਕਹਿਣ ਲੱਗਾ ਲਿਆਉਣਾ ਕੀ ਹੈ ਮੈਂ ਤਾਂ ਪਹਿਲਾਂ ਲਿਆ ਕੇ ਰੱਖਿਆ ਲੋਕ ਹੈਰਾਨ ਹੋ ਗਏ ਕਿ ਤੁਹਾਨੂੰ ਪਹਿਲਾਂ ਪਤਾ ਕਹਿੰਦਾ ਜੀ ਮੈਨੂੰ ਪਹਿਲਾਂ ਪਤਾ ਸੀ ਅਤੇ ਲੋਕਾਂ ਨੇ ਆਖਿਆ ਜੇ ਪਹਿਲਾਂ ਪਤਾ ਸੀ ਵੀ ਗੁਰੂ ਅਰਜਨ ਸਾਹਿਬ ਨੂੰ ਬੇਨਤੀ ਕਰਦੇ ਵੀ ਮਹਾਰਾਜ ਦੀ ਉਮਰਾਂ ਲੰਬੀ ਕਰ ਦਿਓ ਇਹਦੀ ਮੌਤ ਨਾ ਹੁੰਦੀ ਤੇਰਾ ਅੱਗੇ ਬੂਟਾ ਲੱਗ ਜਾਂਦਾ ਪਰ ਜਿਨ੍ਹਾਂ ਦੇ ਅੰਦਰ ਨਾਮ ਵਸਿਆ ਹੈ ਨਾ ਉਹਨਾਂ ਦੇ ਅੰਦਰੋਂ ਮਾਇਆ ਚਲੇ ਗਈ ਹੈ ਕਹਿਣ ਲੱਗਾ ਗੁਰਮੁਖੋ ਪੁੱਤਰ ਵੀ ਤਾਂ ਮਾਇਆ ਹੀ ਹੈ ਨਾ ਮੈਂ ਪੁੱਤਰ ਦੇ ਬਦਲੇ ਗੁਰੂ ਨੂੰ ਕਹਿੰਦਾ ਵੀ ਮਹਾਰਾਜ ਨਹੀਂ ਮੈਂ ਭਾਣਾ ਨਹੀਂ ਮੰਨ ਸਕਦਾ ਪੁੱਤਰ ਬਿਨਾਂ ਮੈਂ ਜਿਉਂਦਾ ਨਹੀਂ ਰਹਿ ਸਕਦਾ ਫਿਰ ਤਾਂ ਇਹ ਗੁਰੂ ਨੂੰ ਪਰਮਾਤਮਾ ਨੂੰ ਮਜਬੂਰ ਕਰਨ ਵਾਲੀ ਗੱਲ ਹੋਈ ਨਾ ਫਿਰ ਭਾਣਾ ਤਾਂ ਨਾਨਾ ਹੋਇਆ ਜਿਨ੍ਹਾਂ ਨੇ ਨਾਮ ਦੀ ਕਮਾਈ ਕੀਤੀ ਹੈ ਉਹਨਾਂ ਦੇ ਅੰਦਰੋਂ ਕਿਸੇ ਵੀ ਤਰ੍ਹਾਂ ਦੀ ਮਾਇਆ ਉੱਠ ਕੇ ਚਲੇ ਗਈ ਹੈ ਫਿਰ ਜੇ ਪੁੱਤਰ ਵੀ ਚੜ੍ਹਾਈ ਕਰਦਾ ਪਿਆ ਤਾਂ ਉਹਦੀ ਲੰਮੀ ਉਮਰਾਂ ਦੀ ਵੀ ਉਹ ਦੁਆ ਨਹੀਂ ਕਰਦੇ ਵੀ ਲੰਮੀ ਹੋ ਜਾਵੇ ਉਹਨਾਂ ਨੂੰ ਦਿਸਦਾ ਪਿਆ ਵੀ ਤਾਂ ਇੱਕ ਮਾਇਆ ਦਾ ਹੀ ਅੰਗ ਸਾਕ ਹੈ ਅਤੇ ਜੇ ਉਹਨਾਂ ਦੇ ਸਰੀਰ 'ਤੇ ਕਸ਼ਟ ਆ ਜਾਵੇ ਦੁੱਖ ਆ ਜਾਵੇ ਅਤੇ ਦੁੱਖ ਨੂੰ ਵੀ ਉਹ ਦੂਰ ਕਰਨ ਵਾਸਤੇ ਨਹੀਂ ਕਹਿੰਦੇ ਵੀ ਮਹਾਰਾਜ ਦੁੱਖ ਆ ਗਿਆ ਭਾਈ ਮੇਹੇ ਦੀ ਸਾਖੀ ਆਪਾਂ ਸਰਵਣ ਕਰਦੇ ਨਾ ਭਾਈ ਮੇਹਾਂ ਜੀ ਧਮਧਾਨ ਨਾਮ ਦਾ ਨਗਰ ਹੈ ਅੱਜ ਹਰਿਆਣੇ ਵਿੱਚ ਹੈ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਪਹੁੰਚੇ ਸਾਖੀਆਂ ਬੜੀਆਂ ਲੰਮੀਆਂ ਸਮਾਂ ਆਪਣੇ ਕੋਲ ਸੀਮਤ ਕੇਵਲ ਇਸ਼ਾਰੇ ਮਾਤਰ ਆਪਾਂ ਬਚਨ ਸਮਝਦੇ ਹਾਂ ਪਾਣੀ ਸਿਰ 'ਤੇ ਚੁੱਕ ਚੁੱਕ ਕੇ ਲਿਆਉਂਦਾ ਹੈ ਪਾਣੀ ਡੁੱਲਣ ਕਰਕੇ ਸਿਰ ਗਲ ਗਿਆ ਵਿੱਚ ਕੀੜੇ ਪੈ ਗਏ ਹੁਣ ਉਹ ਕੀੜੇ ਸਿਰ ਨੂੰ ਖਾਂਦੇ ਮਾਸ ਨੂੰ ਦੁੱਖ ਤਾਂ ਹੋਵੇਗਾ ਨਾ ਪੀੜ ਦਰਦ ਤਾਂ ਹੁੰਦੀ ਹੈ ਪਰ ਗੁਰੂ ਦੇ ਭਾਣੇ ਵਿੱਚ ਸੇਵਾ ਕਰਦਾ ਰਿਹਾ ਇੱਕ ਦਿਨ ਕਿਤੇ ਪਾਣੀ ਲੈ ਕੇ ਆਇਆ ਉਹ ਸਿਰ 'ਤੇ ਇਹਨੂੰ ਰੱਖਿਆ ਜਦੋਂ ਡਿੱਗਿਆ ਨਾ ਸਿਰ ਤੋਂ ਤਾਂ ਕੁਝ ਕੀੜੇ ਵੀ ਡਿੱਗ ਪਏ ਅਤੇ ਭਾਈ ਮੇਹੇ ਨੇ ਉਹ ਕੀੜੇ ਚੁੱਕ ਕੇ ਫਿਰ ਆਪਣੇ ਸਿਰ ਵਿੱਚ ਰੱਖ ਲਏ ਮਾਤਾ ਸਹਿ ਮਾਤਾ ਨਾਨਕੀ ਜੀਆਂ ਨੇ ਵੇਖ ਲਿਆ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਨਾਲ ਸਨ ਮਾਤਾ ਜੀ ਉਹਨਾਂ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਆਖਿਆ ਤੁਹਾਡਾ ਸਿੱਖ ਹੁਕਮ ਦੇ ਵਿੱਚ ਰਜ਼ਾ ਵਿੱਚ ਰਹਿਣ ਵਾਲਾ ਵੇਖੋ ਕਿੰਨਾ ਵੱਡਾ ਦੁੱਖ ਹੈ ਕੀੜੇ ਸਿਰ ਖਾਂਦੇ ਪਏ ਕੀੜਿਆਂ ਦੇ ਸਿਰ ਦੇ ਦੁੱਖ ਨੂੰ ਮੰਨਦਾ ਹੀ ਨਹੀਂ ਪਿਆ
ਸਤਿਗੁਰਾਂ ਨੇ ਪੁੱਛਿਆ ਭਾਈ ਮੇਹਾਂ ਕੀ ਚਾਹੀਦਾ? ਕਹਿਣ ਲੱਗਾ ਮਹਾਰਾਜ ਕੁਝ ਨਹੀਂ ਚਾਹੀਦਾ। ਕਹਿੰਦੇ ਕੀੜੇ ਸਿਰ ਖਾਂਦੇ ਪਏ। ਕਹਿਣ ਲੱਗਾ ਮਹਾਰਾਜ ਖਾ ਲੈਂਦੇ ਹੋ, ਇਹਨਾਂ ਦਾ ਵਿੱਚ ਰੁਜ਼ਗਾਰ ਹੀ ਹੈ ਨਾ, ਇਹਨਾਂ ਦਾ ਭੋਜਨ ਜੇ ਮੇਰੇ ਸਿਰ ਵਿੱਚ ਤਾਂ ਇੱਥੋਂ ਹੀ ਖਾਣਗੇ ਨਾ, ਹੋਰ ਕਿੱਥੋਂ ਖਾਣਗੇ। ਇਹ ਗੁਰਮੁਖਾਂ ਦਾ ਜੀਵਨ ਹੈ ਜਿਨ੍ਹਾਂ ਦੇ ਅੰਦਰ ਪਰਮਾਤਮਾ ਦਾ ਨਾਮ ਵੱਸ ਗਿਆ। ਜੇ ਸਰੀਰ 'ਤੇ ਦੁੱਖ ਆ ਗਿਆ ਤਾਂ ਦੁੱਖ ਨੂੰ ਸੁੱਖ ਦੇ ਵਿੱਚ ਬਦਲਣਾ ਨਹੀਂ ਚਾਹੁੰਦੇ। ਉਹ ਨਹੀਂ ਮੰਗਦੇ ਵੀ ਮਹਾਰਾਜ ਦੁੱਖ ਪਰੇ ਕਰ ਦਿਓ, ਮੈਨੂੰ ਸੁੱਖ ਦੇ ਦਿਓ। ਜਾਂ ਫਿਰ ਅੰਦਰ ਜਿਨ੍ਹਾਂ ਦੇ ਪਰਮਾਤਮਾ ਅੰਦਰ ਵਸਿਆ ਤਾਂ ਧਨ ਬਾਹਰ, ਮਾਇਆ ਉਹਨਾਂ ਤੋਂ ਬਾਹਰ ਹੋ ਗਈ ਹੈ। ਮਾਇਆ ਸਰੀਰ ਦਾ ਸੁੱਖ ਵੀ ਹੋ ਸਕਦੀ ਹੈ, ਪਰ ਸਰੀਰ ਦਾ ਸੁੱਖ ਵੀ ਨਹੀਂ ਮੰਗਿਆ। ਮਾਇਆ ਤੁਹਾਡੇ ਪਰਿਵਾਰ ਦਾ ਮੈਂਬਰ ਹੋ ਸਕਦੀ ਹੈ, ਪੁੱਤਰ ਪਰਿਵਾਰ ਹੋ ਸਕਦੀ ਹੈ, ਭਾਈ ਭਿਖਾਰੀ ਜੀ ਨੇ ਉਹ ਵੀ ਨਹੀਂ ਮੰਗਿਆ ਹੈ। ਅਤੇ ਮਾਇਆ ਦੁਨੀਆ ਦਾ ਪਦਾਰਥ ਵੀ ਹੋ ਸਕਦੀ ਹੈ, ਵਸਤੂ ਵੀ ਹੋ ਸਕਦੀ ਹੈ। ਭਾਈ ਮਹਾਂ ਸਿੰਘ ਨੂੰ ਆਖਿਆ ਮਹਾਰਾਜ, ਕਹਿੰਦੇ ਮੰਗ ਕੀ ਧਰਤੀ ਦਾ ਰਾਜ ਕਿ ਸਵਰਗਾਂ ਦਾ ਰਾਜ? ਮਾਇਆ ਹੀ ਹੈ ਨਾ ਮਹਾਰਾਜ, ਨਹੀਂ ਚਾਹੀਦਾ। ਕਿਉਂ ਨਹੀਂ ਚਾਹੀਦਾ? ਕਿਉਂਕਿ ਅੰਦਰ ਪਰਮਾਤਮਾ ਵੱਸ ਗਿਆ ਹੈ, ਹੁਣ ਮਾਇਆ ਬਾਹਰ ਚਲੇ ਗਈ ਹੈ, ਹੁਣ ਪਦਾਰਥ ਦੀ ਇੱਛਾ ਨਹੀਂ ਰਹਿ ਗਈ ਹੈ। ਦੂਸਰੇ ਪਾਸੇ ਸੰਸਾਰੀ ਲੋਕ ਨੇ, ਉਹ ਰੱਬ ਦੇ ਕੋਲ ਆ ਕੇ ਵੀ ਰੱਬ ਨਹੀਂ ਮੰਗਦੇ। ਕੀ ਮੰਗਦੇ? ਸੰਸਾਰੀ ਵਸਤੂਆਂ ਹੀ ਮੰਗਦੇ। ਦੁਰਯੋਧਨ ਅਤੇ ਅਰਜਨ ਦੋਵੇਂ ਖਲੋਤੇ ਨਾ ਭਗਵਾਨ ਕ੍ਰਿਸ਼ਨ ਦੇ ਸਾਹਮਣੇ। ਭਗਵਾਨ ਕ੍ਰਿਸ਼ਨ ਜੀ ਕਹਿਣ ਲੱਗੇ ਮੰਗੋ, ਅਤੇ ਦੁਰਯੋਧਨ ਨੇ ਆਖਿਆ ਜੀ ਆਪਣੀ ਸਾਰੀ ਫੌਜ ਦੇ ਦਿਓ। ਕਹਿੰਦੇ ਮੇਰੀ ਲੋੜ ਨਹੀਂ। ਕਹਿੰਦੇ ਨਹੀਂ, ਤੁਸੀਂ ਰਹਿਣ ਦਿਓ, ਆਪਣੀ ਫੌਜ ਦਿਓ। ਮਨ ਵਿੱਚ ਇਹ ਸੋਚਦਾ ਵੀ ਜੰਗ ਦੇ ਵਿੱਚ ਫੌਜ ਕੰਮ ਆਵੇਗੀ, ਫੌਜ 'ਤੇ ਲੜੇਗੀ। ਇਹਨਾਂ ਨੇ ਤਾਂ ਇਹ ਪ੍ਰਣ ਕੀਤਾ ਵੀ ਅਸੀਂ ਸ਼ਸਤਰ ਹੀ ਨਹੀਂ ਚੁੱਕਣੇ। ਜਦੋਂ ਇਹਨਾਂ ਨੇ ਸ਼ਸਤਰ ਨਹੀਂ ਚੁੱਕਣੇ, ਮੈਂ ਲਿਜਾ ਕੇ ਕੀ ਕਰਨਾ? ਤੁਹਾਡੀ ਲੋੜ ਨਹੀਂ, ਤੁਸੀਂ ਇੱਥੇ ਹੀ ਬੈਠੇ ਰਹੋ। ਦੁਨਿਆਵੀ ਲੋਕ ਰੱਬ ਦੇ ਕੋਲ ਆ ਕੇ ਵੀ ਰੱਬ ਨੂੰ ਨਹੀਂ ਮੰਗਦੇ, ਉਹ ਸੰਸਾਰ ਦੇ ਪਦਾਰਥ ਮੰਗਦੇ। ਦੁਰਯੋਧਨ ਆਇਆ ਜ਼ਰੂਰ ਹੈ, ਫੌਜ ਹੀ ਮੰਗੀ ਹੈ, ਸ਼ਸਤਰ ਹੀ ਮੰਗੇ, ਅਸਲਾ ਬਰੂਦ ਹੀ ਮੰਗਿਆ, ਹਾਥੀ ਘੋੜੇ ਹੀ ਮੰਗੇ। ਜਿਹਦੇ ਕੋਲੋਂ ਮੰਗਣ ਆਇਆ ਉਹਨੂੰ ਨਹੀਂ ਕਿਹਾ ਵੀ ਨਾਲ ਚੱਲ। ਫਿਰ ਅਰਜਨ ਨੂੰ ਪੁੱਛਿਆ, ਕਹਿਣ ਲੱਗੇ ਤੈਨੂੰ ਕੀ ਚਾਹੀਦਾ? ਹੁਣ ਤੈਨੂੰ ਕੀ ਦਈਏ, ਸਾਡੇ ਕੋਲ ਤਾਂ ਰਹਿ ਹੀ ਕੁਝ ਨਹੀਂ ਗਿਆ, ਸਭ ਕੁਝ ਤਾਂ ਇਹ ਮੰਗ ਕੇ ਲੈ ਗਿਆ। ਉਹ ਕਹਿਣ ਲੱਗਾ ਮਹਾਰਾਜ ਨੇ ਕੁਝ ਵੀ ਨਹੀਂ ਮੰਗਿਆ, ਮੈਂ ਤਾਂ ਤੁਹਾਨੂੰ ਮੰਗਣ ਆਇਆ। ਜਿੱਥੇ ਤੁਸੀਂ ਚਲੇ ਗਏ ਉੱਥੇ ਪਦਾਰਥ ਕੋਈ ਪਿੱਛੇ ਰਹਿ ਹੀ ਨਹੀਂ ਜਾਣਾ ਹੈ। ਮੰਗਣ ਮੰਗਣ ਦਾ ਫਰਕ ਹੈ। ਵਿਚਾਰ ਇਹ ਹੈ, ਜਾਂ ਫਿਰ ਅੰਦਰ ਤਾਂ ਧਨ ਬਾਹਰ। ਜੇ ਪਰਮਾਤਮਾ ਅੰਦਰ ਵਸਿਆ, ਦੁਨੀਆ ਦੇ ਪਦਾਰਥ ਅੰਦਰੋਂ ਬਾਹਰ ਚਲੇ ਗਏ, ਦੁਨੀਆ ਦੀ ਮਾਇਆ ਅੰਦਰੋਂ ਬਾਹਰ ਚਲੇ ਗਈ ਹੈ। ਮਾਇਆ ਪੁੱਤਰ ਦੇ ਰੂਪ ਦੇ ਵਿੱਚ, ਦੁੱਖ ਦੇ ਰੂਪ ਦੇ ਵਿੱਚ, ਪਦਾਰਥ ਦੇ ਰੂਪ ਦੇ ਵਿੱਚ, ਸਭ ਕੁਝ ਛੱਡ ਦਿੱਤਾ। ਨਹੀਂ, ਇਹ ਨਹੀਂ ਚਾਹੀਦਾ। ਜੇ ਚਾਹੀਦਾ ਤਾਂ ਕੇਵਲ ਤੁਸੀਂ ਚਾਹੀਦੇ ਹੋ। ਜਿਨ੍ਹਾਂ ਨੇ ਨਾਮ ਦੀ ਕਮਾਈ ਕੀਤੀ ਹੈ ਉਹਨਾਂ ਦੇ ਅੰਦਰ ਇਸ ਤਰ੍ਹਾਂ ਪਰਮਾਤਮਾ ਵਸਿਆ ਹੈ। ਜਾਂ ਫਿਰ ਬਾਹਰ ਤਾਂ ਧਨ ਮਾਹਰ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ, ਜੇ ਉਹ ਪਰਮਾਤਮਾ ਬਾਹਰ ਕਰ ਦਈਏ ਵੀ ਰੱਬ ਦੀ ਨਹੀਂ ਲੋੜ ਸਾਨੂੰ ਅੰਦਰ, ਅਤੇ ਫਿਰ ਧਨ ਮਾਹਰ, ਇਹ ਧਨ ਜਿਹੜੀ ਮਾਇਆ ਹੈ ਨਾ, ਮਾਹਰ ਕਹੀਏ ਪ੍ਰਸਿੱਧ ਹੋ ਗਈ, ਚੌਧਰਾਣੀ ਹੋ ਗਈ। ਫਿਰ ਮਾਇਆ ਕਹਿੰਦੀ ਹੈ ਵੀ ਹੁਣ ਮੇਰੀ ਚੌਧਰਤਾਈ ਹੈ, ਹੁਣ ਜੋ ਮੈਂ ਕਹਾਂਗੀ ਉਹ ਹੋਵੇਗਾ, ਮੇਰੇ ਕਰਕੇ ਸਭ ਕੁਝ ਚੱਲਦਾ ਪਿਆ। ਪਰਮਾਤਮਾ ਦਾ ਪੱਲਾ ਛੱਡਿਆ, ਮਾਇਆ ਦੀ ਚੌਧਰ ਹੋ ਗਈ ਹੈ। ਕੌਣ ਵੱਡਾ? ਮਾਇਆ ਵਡਿਆਈ। ਦੁਨੀਆਂ ਦੇ ਲੋਕਾਂ ਨੂੰ ਪੁੱਛੋ ਵੱਡਾ ਕੌਣ ਹੈ, ਕਹਿੰਦੇ ਜੀ ਮਾਇਆ ਵੱਡੀ ਹੈ, ਵਡਿਆਈ ਤਾਂ ਮਾਇਆ ਨਾਲ ਹੀ ਮਿਲਦੀ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਾਂ ਫਿਰ ਬਾਹਰ। ਜਦੋਂ ਪਰਮਾਤਮਾ ਬਾਹਰ ਹੋ ਗਿਆ, ਸਾਖਿਆਤ ਨਹੀਂ ਹੈ, ਭਾਵ ਕੇ ਅੰਦਰ ਪ੍ਰਗਟ ਨਹੀਂ ਹੋਇਆ, ਗੁਪਤ ਹੋ ਗਿਆ ਪਰਮਾਤਮਾ, ਤਾਂ ਧਨ ਮਾਹਰ, ਇਹ ਜਿਹੜੀ ਮਾਇਆ, ਮਾਹਰ ਕਹੀਏ ਫਿਰ ਮਸ਼ਹੂਰ ਹੋ ਗਈ, ਪ੍ਰਸਿੱਧ ਹੋ ਗਈ, ਚੌਧਰਾਣੀ ਹੋ ਗਈ, ਹੁਕਮ ਕਰਨ ਵਾਲੀ, ਚਲਾਉਣ ਵਾਲੀ। ਅਤੇ ਫਿਰ ਬੰਦਾ ਇਹ ਗੱਲ ਕਹਿੰਦਾ ਹੈ ਨਾ, ਜਦੋਂ ਕੋਈ ਅਹੁਦਾ ਮਿਲ ਜਾਂਦਾ ਹੈ, ਜਦੋਂ ਕੋਈ ਤਾਕਤ ਮਿਲ ਜਾਂਦੀ ਹੈ, ਜਦੋਂ ਕੋਈ ਪੈਸਾ ਆ ਜਾਂਦਾ, ਫਿਰ ਕਹਿੰਦਾ ਜੋ ਮੈਂ ਕਹਾਂਗਾ ਉਹ ਹੋਵੇਗਾ, ਮੇਰੇ ਹੁਕਮ ਤੋਂ ਬਾਹਰ ਹੀ ਕਿਵੇਂ ਕੁਝ ਕਰ ਲਵੋਗੇ? ਅਤੇ ਜੇ ਉਹਨੂੰ ਪੁੱਛੇ ਬਿਨਾਂ ਕੁਝ ਕਰ ਲਓ ਤਾਂ ਫਿਰ ਉਹ ਕਹਿੰਦਾ ਵੀ ਮੇਰੇ ਪੁੱਛੇ ਬਿਨਾਂ ਕੀਤਾ ਕਿਉਂ? ਹੁਣ ਮੈਂ ਤੈਨੂੰ ਵੇਖਣਾ ਨਹੀਂ ਚਾਹੁੰਦਾ, ਮੈਂ ਤੈਨੂੰ ਰਹਿਣ ਨਹੀਂ ਦਿਆਂਗਾ।
ਅਸਲ ਵਿੱਚ ਉਹ ਗੱਲ ਤਾਂ ਕਹਿੰਦਾ ਪਿਆ ਕਿਉਂਕਿ ਮਾਇਆ ਦੀ ਹੁਣ ਚੌਧਰਤ ਆਈ ਹੈ, ਮਾਇਆ ਦਾ ਹੀ ਹੁਕਮ ਹੁਣ ਚੱਲਣਾ, ਮੰਨੋਗੇ ਤਾਂ ਠੀਕ ਹੈ, ਨਹੀਂ ਮੰਨੋਗੇ ਤਾਂ ਦੁਖੀ ਕਰੇਗਾ। ਇਸੇ ਸਲੋਕ ਨੂੰ ਮਹਾਰਾਜ ਫਿਰ ਬਖਸ਼ਿਸ਼ ਕਰਦੇ ਹਨ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਪਰਮਾਤਮਾ ਜਿਸ ਵੇਲੇ ਅੰਦਰ ਗੁਪਤ ਸੀਗਾ, ਪ੍ਰਗਟ ਨਹੀਂ ਹੋਇਆ, ਅਤੇ ਪਾਤਸ਼ਾਹ ਕਹਿਣ ਲੱਗੇ ਤਾਂ ਧਨ ਬਾਹਰ, ਧਨ ਨਾਮ ਬੁੱਧੀ ਹੈ, ਇਹ ਜਿਹੜੀ ਬੁੱਧੀ ਹੈ ਨਾ ਬਾਹਰ ਸੰਸਾਰਕ ਪਦਾਰਥਾਂ ਨੂੰ ਪ੍ਰਾਪਤ ਕਰਦੀ ਪਈ ਹੈ, ਜਿੰਨਾ ਚਿਰ ਪਰਮਾਤਮਾ ਅੰਦਰ ਪ੍ਰਾਪਤ ਨਹੀਂ ਹੋਇਆ। ਜਾਂ ਫਿਰ ਅੰਦਰ ਅੰਦਰ ਤੋਂ ਭਾਵ ਹੈ ਵੀ ਉਹ ਸਾਖਿਆਤ ਨਹੀਂ ਹੋਇਆ, ਚੁੱਪ ਕਰਕੇ ਗੁਪਤ ਬੈਠਾ ਹੋਇਆ, ਤਾਂ ਧਨ ਬਾਹਰ, ਧਨ ਨਾਮ ਫਿਰ ਦੂਜਾ ਅਰਥ ਕੀਤਾ ਬੁੱਧੀ ਦਾ, ਅਕਲ ਦਾ। ਫਿਰ ਬੁੱਧੀ ਆਖਦੀ ਵੀ ਮੈਂ ਹੀ ਸਿਆਣੀ ਹਾਂ, ਮੈਨੂੰ ਪੁੱਛੋ ਆ ਕੇ, ਮੈਂ ਦੱਸਾਂਗੀ, ਮੈਂ ਕਹਾਂਗੀ, ਮੈਂ ਸਿਆਣਪ ਵੰਡਾਂਗੀ। ਉਸ ਵੇਲੇ ਬੁੱਧੀ ਆਪਣਾ ਜ਼ੋਰ ਲਾਉਂਦੀ ਹੈ ਵੀ ਮੇਰੇ ਵਰਗਾ ਕੋਈ ਨਹੀਂ, ਮੈਂ ਵੱਡੀ ਵੱਡੀ ਸਿਆਣਪ ਵਾਲੀ ਹਾਂ। ਅਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਜਿਸ ਵੇਲੇ ਪਰਮਾਤਮਾ ਪ੍ਰਗਟ ਹੋ ਗਿਆ, ਸਾਖਿਆਤ ਹੋ ਗਿਆ, ਅਤੇ ਫਿਰ ਇਹ ਜਿਹੜੀ ਬੁੱਧੀ ਅਕਲ ਹੈ ਨਾ ਇਹ ਵੀ ਮਾਹਰ, ਮਾਹਰ ਤੋਂ ਭਾਵ ਹੈ ਗੁਰਮੁਖੋ ਪੂਜਣ ਵਾਲੀ ਹੋ ਗਈ। ਜਿਨ੍ਹਾਂ ਦੇ ਅੰਦਰ ਪਰਮਾਤਮਾ ਵੱਸ ਗਿਆ, ਪ੍ਰਗਟ ਹੋ ਗਿਆ, ਉਹਨਾਂ ਦੀ ਅਕਲ ਨੂੰ ਵੀ ਲੋਕ ਨਮਸਕਾਰਾਂ ਕਰਦੇ ਵੀ ਧੰਨ ਹੈ ਭਾਈ, ਧੰਨ 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 ਜਨ ਆਇਆ। ਹੁਣ ਅਕਲ ਤਾਂ ਸਾਡੇ ਕੋਲ ਵੀ ਹੈ, ਪਰ ਸਾਡੇ ਕੋਲ ਅਕਲ ਹੈ ਸੰਸਾਰੀ ਧੰਦਿਆਂ ਦੀ, ਕਿਸ ਨਾਲ ਕਿਵੇਂ ਵਰਤਣਾ ਹੈ, ਕਿਹਨੂੰ ਕੀ ਦੇਣਾ ਹੈ, ਕਿਹਦੇ ਕੋਲੋਂ ਕੀ ਲੈਣਾ ਹੈ, ਕਿਹਨੂੰ ਸਲਾਮ ਕਰਨੀ ਹੈ, ਕਿਹਦੇ ਕੋਲੋਂ ਸਲਾਮ ਕਰਾਉਣੀ ਹੈ, ਆਪਣਾ ਉੱਲੂ ਕਿਵੇਂ ਸਿੱਧਾ ਕਰਨਾ ਹੈ, ਦੁਨੀਆਂ ਦੀ ਸਿਆਣਪ ਹੈ ਸਾਡੇ ਕੋਲ। ਉਹਦਾ ਕਾਰਨ ਇਹ ਹੈ ਵੀ ਪਰਮਾਤਮਾ ਸਾਡੇ ਅੰਦਰ ਗੁਪਤ ਹੈ, ਪਰ ਜਿਨ੍ਹਾਂ ਦੇ ਅੰਦਰ ਉਹ ਪ੍ਰਗਟ ਹੋ ਗਿਆ ਨਾ, ਉਹਨਾਂ ਨੇ ਫਿਰ ਉਸ ਬੁੱਧੀ ਦੇ ਨਾਲ ਨਾਮ ਜਪਿਆ। ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈ ਹੈ ਮਾਨ, ਅਕਲੀ ਪੜ੍ਹ ਕੇ ਬੁੱਝੀ ਹੈ, ਅਕਲੀ ਕੀਚੈ ਦਾਨ। ਉਹਨਾਂ ਨੇ ਆਪਣੀ ਅਕਲ ਨੂੰ ਵਰਤ ਕੇ ਇਹ ਗੱਲ ਸਮਝ ਲਈ ਹੈ ਵੀ ਜੇ ਪਦਾਰਥਾਂ ਵਾਲੇ ਪਾਸੇ ਭੱਜਾਂਗੇ, ਦੁਨੀਆਂ ਵਾਲੇ ਪਾਸੇ ਭੱਜਾਂਗੇ, ਨਾ ਦੁਨੀਆਂ ਨਾਲ ਜਾਣੀ ਹੈ ਨਾ ਪਦਾਰਥ ਨਾਲ ਜਾਣੇ। ਫਿਰ ਉਹਨਾਂ ਨੇ ਆਪਣੀ ਅਕਲ ਵਰਤ ਕੇ ਪਰਮਾਤਮਾ ਦੇ ਨਾਮ ਨੂੰ ਜਪਿਆ। ਜਿਨ੍ਹਾਂ ਨੇ ਨਾਮ ਜਪਿਆ ਕਹਿਣ ਲੱਗੇ ਭਾਈ ਉਹ ਜਿਹੜੇ ਗੁਰਮੁਖ ਨੇ ਉਹਨਾਂ ਦੀ ਫਿਰ ਅਕਲ ਨੂੰ ਵੀ ਸਲਾਮਾਂ ਹੁੰਦੀਆਂ, ਕਹਿਣ ਲੱਗੇ ਇਹ ਭਾਈ ਠੀਕ ਹੈ, ਇਹਨੇ ਚੰਗੀ ਅਕਲ ਤੋਂ ਕੰਮ ਲੈ ਕੇ ਨਾਮ ਜਪ ਕੇ ਆਪਣੇ ਆਪ ਨੂੰ ਬਖਸ਼ਾ ਲਿਆ ਹੈ, ਐਸਾ ਇਹ ਰੱਬ ਦਾ ਭਗਤ ਬਣਿਆ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਜੇ ਨਾਮ ਨਹੀਂ ਨਾ ਜਪਿਆ ਅਤੇ ਬਹੁਰ ਫੇਰ ਫਰਾਹਰ, ਫਿਰ ਤਾਂ ਬਹੁਤੇ ਫੇਰੇ ਹੀ ਪਏ ਹੋਏ, ਕਦੇ ਜੰਮ ਕੇ ਆਉਂਦਾ, ਕਦੇ ਮਰ ਕੇ ਚਲੇ ਜਾਂਦਾ। ਨਾਮ ਤੋਂ ਬਿਨਾਂ ਤਾਂ ਸੰਸਾਰ ਦੇ ਫੇਰੇ ਹੀ ਪਏ ਹੋਏ ਨੇ, ਵਾਰ ਵਾਰ ਫਿਰਦਾ ਹੈ, ਵਾਰ ਵਾਰ ਫਿਰਦਾ ਹੈ, ਜੰਮ ਜੰਮ ਮਰੈ, ਮਰੈ ਫਿਰ ਜੰਮੈ, ਕਦੇ ਜਨਮ ਲੈ ਕੇ ਆ ਗਿਆ, ਦੁਨੀਆਂ ਦਾ ਫੇਰਾ ਕੱਢਿਆ, ਫਿਰ ਚਲੇ ਗਿਆ, ਫਿਰ ਆ ਗਿਆ, ਫਿਰ ਫੇਰਾ ਕੱਢਿਆ, ਕਦੇ ਨਰਕਾਂ ਦੇ ਗੇੜੇ ਕੱਢਦਾ ਪਿਆ, ਕਦੇ ਧਰਤੀ ਦੇ ਗੇੜੇ ਕੱਢਦਾ ਪਿਆ। ਬਿਨ ਨਾਵੈ, ਨਾਮ ਤੋਂ ਬਿਨਾਂ ਵਾਰ ਵਾਰ ਫੇਰਿਆਂ ਵਿੱਚ ਪਿਆ, ਚੱਕਰਾਂ ਵਿੱਚ ਪਿਆ, ਜਨਮਾਂ ਵਿੱਚ ਪਿਆ ਹੋਇਆ ਹੈ। ਸਤਿਗੁਰ ਸੰਗ ਦਿਖਾਇਆ ਜਾਹਰ, ਪਰ ਜਿਸ ਵੇਲੇ ਸਤਿਗੁਰਾਂ ਦੀ ਸੰਗਤ ਕੀਤੀ ਨਾ ਗੁਰਮੁਖੋ, ਜਿਸ ਸੰਗਤ ਵਿੱਚ ਆਪਾਂ ਬੈਠੇ ਹਾਂ, ਜਦੋਂ ਗੁਰੂ ਪਾਤਸ਼ਾਹ ਦੀ ਸੰਗਤ ਵਿੱਚ ਆ ਗਏ, ਹੁਣ ਆਪਾਂ ਗੁਰਬਾਣੀ ਦੀ ਕਥਾ ਸਰਵਣ ਕਰ ਰਹੇ ਹਾਂ, ਜਦੋਂ ਇਹਨਾਂ ਬਚਨਾਂ ਦੀ ਕਮਾਈ ਕਰਾਂਗੇ, ਫਿਰ ਸਤਿਗੁਰੂ ਸਾਨੂੰ ਜਾਹਰ ਕਹੀਏ ਪ੍ਰਗਟ ਹੀ ਵਿਖਾ ਦੇਣਗੇ ਪਰਮਾਤਮਾ। ਹੁਣ ਤਾਂ ਆਪਾਂ ਗ੍ਰੰਥਾਂ ਵਿੱਚੋਂ ਪੜ੍ਹ ਕੇ ਇਹ ਗੱਲ ਕਹਿੰਦੇ ਹਾਂ ਨਾ ਵੀ ਰੱਬ ਸਾਰੇ ਥਾਵਾਂ 'ਤੇ ਹੈ, ਪਰ ਆਪਾਂ ਵੇਖਿਆ ਨਹੀਂ। ਪਰ ਜਦੋਂ ਅਸੀਂ ਉਪਦੇਸ਼ ਦੀ ਕਮਾਈ ਕਰਾਂਗੇ, ਫਿਰ ਅਸੀਂ ਖੁਦ ਵੇਖ ਲਵਾਂਗੇ ਵੀ ਕਣ ਕਣ ਵਿੱਚ ਵਸਿਆ ਹੈ, ਘੱਟ ਘੱਟ ਮੈਂ ਹਰ ਜੂ ਵਸੈ ਸੰਤਨ ਕਹਿਓ ਪੁਕਾਰ। ਇਹ ਜਿਹੜਾ ਬਚਨ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ, ਆਪਾਂ ਉਹ 'ਤੇ ਵਿਸ਼ਵਾਸ ਕਰਕੇ ਇਹ ਗੱਲ ਕਹਿ ਦਿੰਦੇ ਹਾਂ, ਪਰ ਆਪਾਂ ਵੇਖਿਆ ਨਹੀਂ ਹੈ। ਪਰ ਜਦੋਂ ਅਸੀਂ ਕਮਾਈ ਕਰਾਂਗੇ, ਫਿਰ ਇਸ ਬਚਨ ਨੂੰ ਅਸੀਂ ਵੇਖ ਵੀ ਲਵਾਂਗੇ ਵੀ ਵਾਕਿਆ ਹੀ ਉਹ ਪਰਮਾਤਮਾ ਸਾਰੇ ਥਾਵਾਂ 'ਤੇ ਹੈ। ਨਾਨਕ ਸੱਚੇ ਸੱਚ ਸਮਾਹਰ, ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ ਸੱਚ, ਇਸ ਬਚਨ ਦੇ ਉੱਪਰ ਨਿਸ਼ਚਾ ਕਰ ਲਓ, ਭਰੋਸਾ ਕਰ ਲਵੋ ਕਿ ਉਹ ਗੁਰਮੁਖ ਜਿਹੜੇ ਨੇ ਸੱਚ ਸਮਾਹਰ, ਸੱਚੇ ਵਿੱਚ ਹੀ ਸਮਾ ਜਾਂਦੇ, ਉਹਦਾ ਰੂਪ ਹੀ ਹੋ ਜਾਂਦਾ। ਜਿਵੇਂ ਪਾਣੀ ਵਿੱਚ ਪਾਣੀ ਮਿਲ ਜਾਂਦਾ, ਸੂਰਜ ਕਿਰਨ ਮਿਲੇ, ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ,
ਠੀਆ ਰਾਮ, ਉਹ ਜਿਹੜੇ ਗੁਰਮੁਖ ਨੇ ਨਾਮ ਜਪਣ ਵਾਲੇ ਉਸੇ ਦਾ ਹੀ ਰੂਪ ਹੋ ਜਾਂਦੇ, ਉਸੇ ਵਿੱਚ ਹੀ ਮਿਲ ਜਾਂਦੇ ਹਨ। ਹਰ ਸਭ ਕਰਦਾ ਫਿਰੈ। ਮਹਾਰਾਜ ਕਹਿਣ ਲੱਗੇ ਬੰਦਿਆ ਉੱਦਮ ਤੇ ਬੜੇ ਕਰਦਾ। ਕਾਹਦੇ ਉੱਦਮ ਕਰਦਾ? ਪ੍ਰਸ਼ਾਦਾ ਕਮਾਉਣ ਦੇ, ਰੋਟੀ ਕਮਾਉਣ ਦੇ, ਧੰਦੇ ਕਮਾਉਣ ਦੇ, ਮਾਇਆ ਕਮਾਉਣ ਦੇ ਉੱਦਮ ਆਪਾਂ ਨੂੰ ਸਾਰੇ ਹੀ ਆਉਂਦੇ ਨੇ। ਕਿਹੜਾ ਕੰਮ ਕਿਵੇਂ ਕਰਾਂਗੇ, ਉਹਦੇ ਵਿੱਚੋਂ ਕਿੰਨੀ ਕਮਾਈ ਹੋਵੇਗੀ, ਕਿੰਨਾ ਘਾਟਾ ਹੈ। ਅੱਜ ਕੱਲ੍ਹ ਤਾਂ ਬਣ ਗਿਆ ਨਾ ਡਿਗਰੀਆਂ ਦੇਣ ਵਾਲੇ ਕਾਲਜ ਸਕੂਲ ਬਣ ਗਏ, ਉਹ ਦੱਸਦੇ ਨਾ ਵੀ ਇਸ ਕੰਮ ਨੂੰ ਕਰੋਗੇ ਤਾਂ ਇੰਨਾ ਨਫ਼ਾ, ਕਰੋਗੇ ਤਾਂ ਇੰਨਾ ਘਾਟਾ, ਆਹ ਕੋਰਸ ਕਰੋਗੇ ਆ ਨੌਕਰੀ ਮਿਲੇਗੀ। ਮਹਾਰਾਜ ਕਹਿਣ ਲੱਗੇ ਉੱਦਮ ਸਭ ਕਰਦਾ ਫਿਰੈ, ਮਾਇਆ ਵਾਸਤੇ ਤਾਂ ਬੜੇ ਉੱਦਮ ਕਰਦਾ ਹੈ, ਦਿਨੇ ਰਾਤ ਭੱਜ ਨੱਠ ਕਰਦਾ, ਪੜ੍ਹਾਈਆਂ ਕਰਦਾ, ਚਲਾਕੀਆਂ ਹੁਸ਼ਿਆਰੀਆਂ ਸਿੱਖਦਾ ਹੈ। ਕਾਹਦੇ ਵਾਸਤੇ? ਕਹਿਣ ਲੱਗੇ ਮਾਇਆ ਵਾਸਤੇ। ਕਾਹੇ ਰੇ ਮਨ ਚਿਤਵੈ ਉੱਦਮ। ਮਹਾਰਾਜ ਕਹਿਣ ਲੱਗੇ ਬੰਦਿਆ ਮਨ ਵਿੱਚ ਬੜੇ ਉੱਦਮ ਚਿਤਵਦਾ ਰਹਿੰਦਾ, ਸਵੇਰੇ ਤੜਕੇ ਉੱਠਾਂਗਾ, ਜਿੰਨਾ ਕੰਮ ਅੱਜ ਰਹਿ ਗਿਆ ਕੱਲ੍ਹ ਨੂੰ ਕਰਾਂਗਾ, ਕੱਲ੍ਹ ਨੂੰ ਹੋਰ ਐਡਵਾਂਸ ਕਰਾਂਗਾ ਤਾਂ ਕਿ ਪਰਸੋਂ ਹੋਰ ਕੀਤਾ ਜਾ ਸਕੇ। ਬੜੇ ਉੱਦਮ ਕਰਦਾ ਹੈ, ਰਾਤ ਨੂੰ ਵੀ ਨਹੀਂ ਸੌਂਦਾ, ਦਿਨੇ ਵੀ ਨਹੀਂ ਸੌਂਦਾ, ਦਿਨੇ ਵੀ ਭੱਜ ਨੱਠ ਕਰਦਾ, ਦੂਰੀਆਂ ਦੂਰੀਆਂ ਸ਼ਿਫਟਾਂ ਲਾਉਂਦਾ ਪਿਆ, ਪਰ ਕਾਹਦੇ ਵਾਸਤੇ? ਕਹਿਣ ਲੱਗੇ ਜੀ ਭੋਜਨ ਵਾਸਤੇ। ਪਰ ਪਾਤਸ਼ਾਹ ਕਹਿਣ ਲੱਗੇ ਜਾਂ ਆਹਾਰ ਹਰ ਜੀਓ ਭਰਿਆ, ਰੱਬ ਨੇ ਤਾਂ ਪਹਿਲਾਂ ਹੀ ਤੇਰਾ ਬਣਾ ਕੇ ਰੱਖਿਆ ਹੋਇਆ, ਜਿਸ ਕੰਮ ਵਾਸਤੇ ਤੂੰ ਭੱਜਣਾ ਨੱਠਣਾ ਚਾਹੁੰਦਾ ਹੈ, ਬੜੀਆਂ ਤਰਕੀਬਾਂ ਬਣਾਉਂਦਾ ਹੈ, ਬੜੀਆਂ ਪਲੈਨਿੰਗਾਂ ਬਣਾਉਂਦਾ ਹੈ, ਉਹ ਰੱਬ ਨੇ ਸਭ ਕੁਝ ਤੇਰਾ ਇੰਤਜ਼ਾਮ ਕਰਕੇ, ਖਜ਼ਾਨਾ ਇਕੱਠਾ ਕਰਕੇ ਰੱਖਿਆ ਵੀ ਲੈ ਭਾਈ ਆ ਤੂੰ ਛਕਣਾ ਹੈ। ਪਰ ਉਸ ਵਚਨ ਨੂੰ ਆਪਾਂ ਸਮਝਿਆ ਨਹੀਂ। ਕਾਹੇ ਰੇ ਮਨ ਚਿਤਵੈ ਉੱਦਮ, ਜਾਂ ਆਹਰ ਹਰ ਜੀਓ ਭਰਿਆ। ਹੁਣ ਸੰਧਿਆ ਵੇਲੇ ਵਚਨ ਪੜ੍ਹਿਆ, ਪਰ ਪੜ੍ਹਨ ਤੋਂ ਬਾਅਦ ਵਿੱਚ ਫਿਰ ਦੌੜ ਪੈਂਦਾ, ਪੜ੍ਹਿਆ ਹੀ ਹੈ ਕਮਾਇਆ ਨਹੀਂ। ਸੈਲ ਪੱਥਰ ਮੈਂ ਜੰਤੇ ਉਪਾਏ, ਆਗਿਆ ਕਰ ਧਰਿਆ। ਇੱਥੇ ਮਹਾਰਾਜ ਕਹਿਣ ਲੱਗੇ ਆਹਰ ਸਭ ਕਰਦਾ ਫਿਰ ਹੈ, ਉੱਦਮ ਬੰਦਾ ਕਰਦਾ। ਕਾਹਦੇ ਉੱਦਮ ਕਰਦਾ? ਰਿਸ਼ਤੇਦਾਰੀਆਂ ਵਿੱਚ ਕਿਵੇਂ ਵਰਤਣਾ ਹੈ, ਕਮਾਈ ਕਿਵੇਂ ਕਰਨੀ ਹੈ, ਕੰਮ ਨੂੰ ਅੱਗੇ ਕਿਵੇਂ ਲੈ ਕੇ ਜਾਣਾ, ਅਮੀਰ ਧਨਾੜ ਕਿਵੇਂ ਬਣਨਾ ਹੈ, ਲੋਕਾਂ ਵਿੱਚ ਚੰਗੇ ਕਿਵੇਂ ਬਣਨਾ, ਇਹ ਸਾਰੇ ਉੱਦਮ ਕਰਦਾ ਹੈ। ਹਰ ਇੱਕ ਨਾ ਹੋਏ, ਪਰ ਇਹਦੇ ਕੋਲੋਂ ਇੱਕ ਉੱਦਮ ਨਹੀਂ ਹੁੰਦਾ। ਮਹਾਰਾਜ ਉਹ ਕਿਹੜਾ ਉੱਦਮ ਹੈ ਜਿਹੜਾ ਕਰ ਨਹੀਂ ਸਕਦਾ? ਕਹਿਣ ਲੱਗੇ ਇਹਦੇ ਕੋਲੋਂ ਨਾਮ ਜਪਣ ਦਾ ਉੱਦਮ ਨਹੀਂ ਹੁੰਦਾ। ਜੇ ਇਹਨੂੰ ਕਹੀਏ ਨਾ ਵੀ ਤੜਕੇ ਉੱਠ, ਕਹਿਣ ਲੱਗਾ ਨਾ ਨੀਂਦ ਹੀ ਨਹੀਂ ਪੂਰੀ ਹੁੰਦੀ, ਤੜਕੇ ਉੱਠ ਕੇ ਮੁੜ ਕੇ ਸਾਰਾ ਦਿਨ ਕੰਮ ਨਹੀਂ ਹੋਣਾ। ਜੇ ਆਖਿਆ ਵੀ ਜਪਜੀ ਸਾਹਿਬ ਦਾ ਪਾਠ ਕਰਿਆ ਕਰ, ਕਹਿੰਦਾ ਕੱਲ੍ਹ ਕੀਤਾ ਸੀ ਮੈਨੂੰ ਬੜੇ ਭੈੜੇ ਭੈੜੇ ਜਿਹਾ ਖਿਆਲ ਆਏ, ਮੈਂ ਤਾਂ ਛੱਡ ਹੀ ਦਿੱਤਾ। ਦੁਨੀਆਦਾਰੀ ਵਿੱਚ ਘਾਟਾ ਪਵੇ, ਨੁਕਸਾਨ ਹੋਵੇ ਤਾਂ ਛੱਡਦਾ ਨਹੀਂ ਹੈ, ਦੁਬਾਰਾ ਫਿਰ ਯਤਨ ਕਰਦਾ ਵੀ ਉਹਦੇ ਨਾਲੋਂ ਚੰਗਾ ਕਰਾਂ। ਨਾਮ ਜਪਣ ਦੀ ਗੱਲ ਆਉਂਦੀ ਹੈ, ਕਹਿਣ ਲੱਗਾ ਨਹੀਂ ਕੱਲ੍ਹ ਵਿਚਾਰ ਹੀ ਮਾੜੇ ਆਏ ਸਨ, ਮੈਂ ਤਾਂ ਕਰਨਾ ਹੀ ਨਹੀਂ, ਛੱਡ ਹੀ ਦਿੱਤਾ। ਦੁਨਿਆਵੀ ਆਹਰ ਤੇ ਕਰਦਾ ਫਿਰਦਾ ਹੈ, ਪਰ ਅਸਲ ਦੇ ਵਿੱਚ ਨਾਮ ਜਪਣ ਦਾ ਆਹਰ ਨਹੀਂ ਕਰਦਾ ਹੈ, ਨਾਮ ਨਹੀਂ ਜਪਦਾ ਹੈ। ਜੇ ਕਿਤੇ ਥੋੜ੍ਹੀ ਬਹੁਤੀ ਬੰਦਗੀ ਕਰ ਵੀ ਲੈਂਦਾ, ਬਾਅਦ ਵਿੱਚ ਕਹਿੰਦਾ ਵੀ ਨਹੀਂ ਇਹ ਅੱਜ ਕਰ ਲਈ, ਹੁਣ ਗਾਹ ਨਹੀਂ ਕਰਾਂਗਾ, ਐਸੀ ਇਹਦੀ ਹਾਲਤ ਹੈ। ਬਾਕੀ ਸਾਰੇ ਉੱਦਮ ਕਰਦਾ, ਨਾਮ ਜਪਣ ਦਾ ਉੱਦਮ ਨਹੀਂ ਕਰਦਾ ਹੈ। ਬਲਕਿ ਹੋਣਾ ਉਲਟ ਚਾਹੀਦਾ ਸੀ ਵੀ ਨਾਮ ਦਾ ਉੱਦਮ ਕਰਦਾ, ਬਾਕੀ ਤਾਂ ਪਰਮਾਤਮਾ ਨੇ ਆਪੇ ਕਰ ਦੇਣਾ, ਕਰਦਾ ਨਹੀਂ ਹੈ। ਨਾਨਕ ਜਿਤ ਆਹਰ ਜਗ ਉਦਰੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਨਾਮ ਜਪਣ ਦੇ ਕੰਮ ਦੇ ਨਾਲ ਤੇਰਾ ਵੀ ਭਲਾ ਹੋਣਾ ਸੀ, ਤੇਰੇ ਪਰਿਵਾਰ ਦਾ ਭਲਾ ਹੋ ਜਾਣਾ, ਸਾਰੇ ਸੰਸਾਰ ਦਾ ਭਲਾ ਹੋ ਜਾਣਾ। ਮਹਾਰਾਜ ਜੀਆਂ ਦਾ ਬਚਨ ਆਪਾਂ ਪੜ੍ਹਦੇ ਹਾਂ, ਮੰਨੈ ਤਰੈ ਤਾਰੇ ਗੁਰਸਿੱਖ। ਨਾਮ ਜਪਣ ਵਾਲਿਆ, ਜੇ ਤੂੰ ਨਾਮ ਜਪਣ ਦਾ ਉੱਦਮ ਕਰੇਗਾ ਤੂੰ ਤਾਂ ਤਾਰੀ ਜਾਣਾ, ਤੇਰਾ ਪਰਿਵਾਰ ਵੀ ਤਰ ਜਾਏਗਾ, ਤੇਰੀ ਸੰਗਤ ਕਰਨ ਵਾਲੇ ਵੀ ਤਰ ਜਾਣਗੇ। ਇਹ ਨਾਮ ਦੀ ਐਸੀ ਕਮਾਈ ਹੈ। ਨਾਮ ਜਪਣ ਵਾਲਾ ਆਪ ਤਾਂ ਮੁਕਤ ਹੁੰਦਾ, ਦੂਜਿਆਂ ਨੂੰ ਕਰ ਲੈਂਦਾ, ਪਰ ਇਸਨੇ ਨਾਮ ਜਪਿਆ ਨਹੀਂ ਹੈ। ਮਹਾਰਾਜ ਕਿਉਂ ਨਹੀਂ ਜਪਿਆ, ਕਾਰਨ ਕੀ ਹੈ? ਪਾਤਸ਼ਾਹ ਕਹਿੰਦੇ ਭਾਈ ਇਹਨਾਂ ਗੱਲਾਂ ਨੂੰ ਕੋਈ ਵਿਰਲਾ ਹੀ ਸਮਝਦਾ, ਸਾਰਿਆਂ ਨੂੰ ਥੋੜ੍ਹੀ ਸਮਝ ਆਉਂਦੀ ਹੈ। ਅਰਬਾਂ ਦੇ ਵਿੱਚ ਦੁਨੀਆ ਪੈਦਾ ਹੋ ਗਈ ਹੈ, ਕਈ ਅਰਬ ਇਸ ਦੀ ਆਬਾਦੀ ਹੋ ਗਈ ਹੈ, ਸਾਰੇ ਥੋੜ੍ਹੀ ਇਸ ਗੱਲ ਨੂੰ ਸਮਝਦੇ ਪਏ, ਸਾਰੇ ਥੋੜ੍ਹੀ ਇਹ ਗਿਆਨ ਲੈਂਦੇ ਪਏ। ਕਈਆਂ ਦਾ ਦਿਨ ਹੀ ਪਾਪ ਕਰਦਿਆਂ ਚੜ੍ਹਦਾ, ਕਈਆਂ ਦੀ ਰਾਤ ਹੀ ਪਾਪ ਕਰਦਿਆਂ ਪੈਂਦੀ ਹੈ।
ਇਸ ਗੱਲ ਨੂੰ ਕੋਈ ਵਿਰਲਾ ਹੀ ਬੁੱਝਦਾ, ਜਿਹੜਾ ਸੰਗਤ ਵਿੱਚ ਆਉਂਦਾ, ਜਿਹੜਾ ਗੁਰੂ ਕੋਲ ਆਉਂਦਾ, ਜਿਹੜਾ ਬੰਦਗੀ ਦੀ ਗੱਲ ਸੁਣਨੀ ਚਾਹੁੰਦਾ ਹੈ ਉਹਨੂੰ ਇਹ ਗਿਆਨ ਹੁੰਦਾ। ਪਰ ਐਸੇ ਵਿਰਲੇ ਨੇ, ਜੱਗ ਮੈਂ ਉੱਤੋਂ ਕੱਢੀ ਹੈ ਵਿਰਲੇ ਕੇਈ, ਕਿ ਸੰਸਾਰ ਵਿੱਚ ਐਸੇ ਵਿਰਲੇ ਕੱਢੇ ਜਾਂਦੇ ਜਾਣੇ ਜਾਂਦੇ ਹਨ। ਵੱਡੀ ਹੋ ਵੱਡਾ ਪਾਰ ਤੇਰਾ ਮਰਤਬਾ, ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਅਪਾਰ ਆ ਬੇਅੰਤ ਰੂਪ ਪਰਮਾਤਮਾ ਆਪ ਜੀ ਦਾ ਜਿਹੜਾ ਮਰਾਤਬਾ ਨਾ ਰੁਤਬਾ, ਉਹ ਵੱਡਿਆਂ ਤੋਂ ਵੱਡਾ ਹੈ। ਮਰਤਬਾ ਤੋਂ ਭਾਵ ਮੁਰਾਤਬਾ, ਰੁਤਬਾ, ਜਾਂ ਕਹਿ ਲਈਏ ਵੀ ਕੁਰਸੀ। ਪਰਮਾਤਮਾ ਤੇਰੀ ਕੁਰਸੀ ਸਭ ਤੋਂ ਵੱਡੀ ਹੈ, ਉੱਚੀ ਹੈ, ਉਹਦੇ ਬਰਾਬਰ ਕੋਈ ਬੈਠ ਹੀ ਨਹੀਂ ਸਕਦਾ ਹੈ। ਥਾਪਿਆ ਨਾ ਜਾਏ ਕੀਤਾ ਨਾ ਹੋਵੇ, ਦੁਨੀਆਂ ਦੀਆਂ ਕੁਰਸੀਆਂ ਬਣਾਈਆਂ ਗਈਆਂ, ਉਹਨਾਂ ਕੁਰਸੀਆਂ 'ਤੇ ਬੰਦੇ ਬਿਠਾਉਣ ਵਾਲੇ ਬਣਾਏ ਗਏ। ਪਰਮਾਤਮਾ ਤੇਰੀ ਕੁਰਸੀ ਨਾ ਕੋਈ ਬਣਾ ਸਕਦਾ, ਨਾ ਤੈਨੂੰ ਕੋਈ ਬਿਠਾ ਸਕਦਾ। ਤੇਰਾ ਮਰਾਤਬਾ, ਰੁਤਬਾ ਤੇਰਾ ਸਭ ਤੋਂ ਉੱਚਾ ਹੈ, ਤੇਰੇ ਰੁਤਬੇ ਦੇ ਬਰਾਬਰ ਕੋਈ ਰੁਤਬਾ ਨਹੀਂ ਹੈ। ਰੰਗ ਅਨੇਕ ਨਾ ਜਾਪਨ ਕਰਤਬਾ, ਜਿਹੜੇ ਦੁਨੀਆਂ ਦੇ ਰੰਗ ਨੇ ਉਹਨਾਂ ਵਿੱਚ ਵੀ ਤੂੰ ਹੈ। ਅਤੇ ਪਰੰਗ ਕਹਿੰਦੇ ਨੇ ਜਿਹੜੇ ਮਿਸ਼ਰਤ ਰੰਗ ਹੁੰਦੇ ਨੇ, ਰੰਗ ਵਿੱਚ ਰੰਗ ਮਿਲਿਆ ਹੁੰਦਾ ਨਾ, ਕਈ ਤਰ੍ਹਾਂ ਦੇ ਰੰਗ ਇਕੱਠੇ ਕਰਕੇ ਅੱਗੋਂ ਰੰਗ ਕੱਢਿਆ ਜਾਂਦਾ, ਉਹਨੂੰ ਕਹਿੰਦੇ ਪਰੰਗ। ਮਹਾਰਾਜ, ਰੰਗਾਂ ਵਿੱਚ ਵੀ ਤੁਸੀਂ ਹੋ ਅਤੇ ਪਰੰਗਾਂ ਵਿੱਚ ਵੀ ਤੁਸੀਂ ਹੋ, ਕਈ ਤਰ੍ਹਾਂ ਦੇ ਇਕੱਠੇ ਕੀਤੇ ਰੰਗਾਂ ਵਿੱਚ ਵੀ ਆਪ ਹੀ ਬੈਠੇ ਹੋ। ਕਈ ਤਰ੍ਹਾਂ ਦੇ ਫੁੱਲ ਨੇ ਨਾ, ਇੱਕ ਉਹ ਫੁੱਲ ਨੇ ਜਿਹੜੇ ਇਕੱਲੇ ਇੱਕੋ ਰੰਗ ਦੇ ਨੇ, ਕਈ ਫੁੱਲ ਉਹ ਨੇ ਜਿਨ੍ਹਾਂ ਦੇ ਕਈ ਕਈ ਰੰਗ ਹੁੰਦੇ, ਵਿੱਚ ਇੱਕ ਜਾਂ ਦੋ ਰੰਗ ਹੋਰ ਹੁੰਦੇ। ਮਹਾਰਾਜ, ਉਹਨਾਂ ਰੰਗਾਂ ਪਰੰਗਾਂ ਵਿੱਚ ਵੀ ਆਪ। ਕਈ ਪੰਛੀ ਉਹ ਨੇ ਜਿਹੜੇ ਇੱਕ ਰੰਗ ਦੇ ਨੇ, ਕਈ ਪੰਛੀ ਉਹ ਨੇ ਜਿਹੜੇ ਕਈ ਰੰਗਾਂ ਦੇ ਇਕੱਠੇ ਕੀਤੇ ਹੋਏ, ਉਹਨਾਂ ਦੇ ਖੰਭ ਹੋਰ ਤਰ੍ਹਾਂ ਦੇ ਨੇ, ਚੁੰਝ ਹੋਰ ਤਰ੍ਹਾਂ ਦੀ ਹੈ, ਕਲਗੀ ਹੋਰ ਤਰ੍ਹਾਂ ਦੀ, ਕਈ ਰੰਗ ਇਕੱਠੇ ਕਰ ਦਿੱਤੇ। ਮਹਾਰਾਜ, ਉਹਨਾਂ ਵਿੱਚ ਵੀ ਆਪ ਹੀ ਬੈਠੇ ਹੋ। ਰੰਗ ਪਰੰਗ ਅਨੇਕ ਅਨੇਕ ਤਰ੍ਹਾਂ ਦੇ ਰੰਗ ਨੇ, ਪਰੰਗ ਕੀ ਇਹ ਮਿਸ਼ਰਤ ਰੰਗ ਮਿਲੇ ਹੋਏ ਇੱਕ ਦੂਜੇ ਨਾਲ, ਇਹਨਾਂ ਸਾਰਿਆਂ ਦੇ ਵਿੱਚ ਜਾਪਨ ਕਰਤਬਾ, ਆਪ ਜੀ ਦੇ ਕਰਤਬ ਹੀ ਜਾਣੇ ਜਾਂਦੇ, ਆਪ ਜੀ ਨੂੰ ਜਾਣਿਆ ਜਾਂਦਾ ਵੀ ਆਪ ਸਾਰਿਆਂ ਵਿੱਚ ਸਮਾ ਕੇ ਕੌਤਕ ਕਰਦੇ ਹੋ। ਅੰਦਰ ਜੀਓ ਸਭ ਕੇ ਜਾਣਲਾ, ਮਹਾਰਾਜ ਜਿਹੜੇ ਜੀਵ ਨੇ ਨਾ, ਇਹਨਾਂ ਦੇ ਅੰਦਰ ਵੀ ਤੁਸੀਂ ਬੈਠੇ ਹੋਏ ਹੋ। ਆਪਾਂ ਜੀਵ ਹਨ, ਸਾਡੇ ਅੰਦਰ ਵੀ ਉਹ ਬੈਠਾ ਹੋਇਆ, ਅੰਦਰੋਂ ਹੀ ਜਾਣਦਾ ਪਿਆ ਵੀ ਮੈਂ ਕਰਨਾ ਕੀ ਹੈ ਅਤੇ ਸੋਚਦਾ ਕੀ ਹਾਂ। ਜੀਆਂ ਅੰਦਰ ਜੀ, ਜਿਹੜੇ ਨਿੱਕੇ ਨਿੱਕੇ ਜੀਵ ਨੇ ਉਹਨਾਂ ਦੇ ਵਿੱਚ ਵੀ ਤੂੰ ਬੈਠਾ ਹੋਇਆ। ਕੀੜੀ ਦਾ ਕਿੱਡਾ ਕੁ ਸਰੂਪ ਹੈ, ਮੱਛਰ ਦਾ ਕਿੱਡਾ ਕੁ ਸਰੀਰ ਹੈ, ਕੀਟਾਣੂ ਪਰਮਾਣੂ ਕਿੰਨੇ ਨੇ, ਨਿੱਕੇ ਨਿੱਕੇ ਕੀੜੇ ਫਲਾਂ ਵਿੱਚ ਬੈਠੇ ਹੋਏ। ਮਹਾਰਾਜ, ਉਹਨਾਂ ਦੇ ਅੰਦਰ ਵੀ ਆਪ ਬੈਠੇ ਹੋਏ। ਜੀਆਂ ਅੰਦਰ ਜੀ, ਜੀਵਾਂ ਦੇ ਅੰਦਰ ਜੀ ਬਣ ਕੇ ਤੁਸੀਂ ਆਤਮਾ ਬਣ ਕੇ ਬੈਠੇ ਹੋਏ ਹੋ। ਸਭ ਕੁਛ ਜਾਣ ਲਾ, ਆਪ ਜੀ ਸਭ ਕੁਝ ਜਾਣਦੇ ਹੋ, ਸਾਰੀ ਵਿਥਿਆ ਨੂੰ ਸਮਝਣ ਵਾਲੇ ਹੋ। ਤੇਰਾ ਵਸ ਤੇਰਾ ਘਰ ਪਲਾ, ਮਹਾਰਾਜ ਸਭ ਕੁਝ ਆਪ ਜੀ ਦੇ ਹੁਕਮ ਦੇ ਵਿੱਚ ਹੈ, ਕੋਈ ਐਸਾ ਕੰਮ ਹੈ ਹੀ ਨਹੀਂ ਜਿਹੜਾ ਹੁਕਮ ਤੋਂ ਬਾਹਰ ਹੋਵੇ। ਸਭ ਕੁਛ ਤੇਰਾ ਵਸ, ਸਭ ਕੁਝ ਆਪ ਜੀ ਦੇ ਹੁਕਮ ਦੇ ਵਿੱਚ ਹੈ। ਆਪ ਜੀ ਦਾ ਸਰੂਪ ਰੂਪੀ ਘਰ ਬੜਾ ਚੰਗਾ ਹੈ, ਜਿਹੜਾ ਤੁਹਾਡਾ ਸਰੂਪ ਹੈ ਨਾ, ਉਹ ਭਲਾ ਹੈ, ਬੜਾ ਚੰਗਾ ਹੈ। ਜਾਂ ਆਪਾਂ ਕਹਿ ਲਈਏ ਜਿਹੜੀ ਸੰਗਤ ਹੈ ਨਾ, ਜਿਹਦੇ ਵਿੱਚ ਆਪਾਂ ਬੈਠੇ ਹਾਂ, ਇਹ ਸੰਗਤ ਵੀ ਇੱਕ ਰੱਬ ਦਾ ਘਰ ਹੈ। ਮਹਾਰਾਜ ਇਹ ਵੀ ਬੜਾ ਭਲਾ ਹੈ, ਇੱਥੇ ਚੋਰ ਵੀ ਆ ਕੇ ਬੈਠ ਗਿਆ, ਸਾਧ ਵੀ ਬੈਠ ਗਿਆ, ਬੰਦਗੀ ਵਾਲਾ ਵੀ ਬੈਠ ਗਿਆ ਹੈ, ਕੁਕਰਮੀ ਵੀ ਆ ਕੇ ਬੈਠਾ ਹੈ, ਸੁਣਨ ਵਾਲਾ ਅਤੇ ਅਣਸੁਣ ਵਾਲਾ ਵੀ ਬੈਠਾ, ਪਰ ਸਾਰਿਆਂ ਦੇ ਮਨ ਨੂੰ ਸ਼ਾਂਤੀ ਇੱਥੇ ਬੈਠ ਕੇ ਮਿਲਦੀ ਹੈ। ਇਹ ਸੰਗਤ ਰੂਪੀ ਘਰ ਬੜਾ ਚੰਗਾ ਹੈ। ਘਰ ਆਨੰਦ ਵਧਾਈ ਤੁਤ ਘਰ, ਸਤਿਗੁਰੂ ਇਹ ਜਿਹੜਾ ਤੁਹਾਡਾ ਘਰ ਹੈ ਨਾ, ਸਤ ਸੰਗਤ, ਇਹਦੇ ਵਿੱਚ ਸਦਾ ਹੀ ਆਨੰਦ ਬਣਿਆ ਰਹਿੰਦਾ ਹੈ। ਤੇਰਾ ਘਰ ਆਨੰਦ, ਤੇਰੇ ਸੰਗਤ ਰੂਪੀ ਘਰ ਵਿੱਚ ਹਮੇਸ਼ਾ ਆਨੰਦ ਹੈ। ਵਧਾਈ ਤੁਧ ਘਰ, ਇਹ ਜਿਹੜਾ ਤੁਹਾਡਾ ਸੰਗਤ ਰੂਪੀ ਘਰ ਹੈ, ਇਹਦੇ ਵਿੱਚ ਹਮੇਸ਼ਾ ਵਧਾਈਆਂ ਹੀ ਮਿਲਦੀਆਂ ਹਨ। ਮਾਨ ਮਾਤਾ ਤੇਜ ਆਪਣਾ ਆਪ ਚਰ, ਸਤਿਗੁਰੂ ਜਿਹੜਾ ਤੁਹਾਡਾ ਮਾਨ ਹੈ ਸਤਿਕਾਰ, ਅਤੇ ਮਹੱਤਾ, ਮਹੱਤਾ ਤੋਂ ਭਾਵ ਹੈ ਮਰਾਤਬੇ, ਅਤੇ ਆਪ ਜੀ ਦਾ ਤੇਜ ਪ੍ਰਤਾਪ, ਉਹ ਤੁਸੀਂ ਆਪ ਹੀ ਜਰ ਸਕਦੇ ਹੋ। ਆਪਣਾ ਮਾਣ ਵੀ ਤੁਸੀਂ ਆਪ ਕਰਾਉਣ ਵਾਲੇ ਹੋ, ਮਰਾਤਬੇ ਵੀ ਆਪਣੇ 'ਤੇ ਆਪ ਸੁਭਾਏ ਮਾਣ ਹੋਣ ਵਾਲੇ ਹੋ, ਆਪਣੇ ਤੇਜ ਪ੍ਰਤਾਪ ਨੂੰ ਵੀ ਆਪ ਹੀ ਸਾਂਭਣ ਵਾਲੇ ਹੋ।
ਤੁਹਾਡੇ ਤੇਜ ਪ੍ਰਤਾਪ ਨੂੰ ਵੀ ਕੋਈ ਸਾਂਭ ਨਹੀਂ ਸਕਦਾ ਹੈ। ਸਰਬ ਕਲਾ ਭਰਪੂਰ ਦਿਸੈ ਜਤ ਕਤਾ, ਸਤਿਗੁਰੂ ਆਪ ਸਾਰੀਆਂ ਸ਼ਕਤੀਆਂ ਭਰਪੂਰ ਹੋ, ਕੋਈ ਇਹੋ ਜਿਹੀ ਸ਼ਕਤੀ ਕਰਾਮਾਤ ਨਹੀਂ ਵੀ ਜਿਹੜੀ ਤੁਹਾਡੇ ਕੋਲ ਨਾ ਹੋਵੇ। ਆਪ ਸਰਬ ਕਲਾ ਸਮਰੱਥ, ਸਾਰੀਆਂ ਸ਼ਕਤੀਆਂ ਦੇ ਸਮੇਤ ਪਰਿਪੂਰਨ ਹੋ। ਔਰ ਦੂਜੀ ਗੱਲ ਇਹ ਹੈ, ਦਿਸੈ ਜਤ ਕਤਾ, ਜਿੱਥੇ ਕਿੱਥੇ ਜਾਈਏ ਉੱਥੇ ਹੀ ਆਪ ਜੀ ਦੇ ਦਰਸ਼ਨ ਹੁੰਦੇ, ਜਿੱਥੇ ਕਿੱਥੇ ਜਾਈਏ ਉੱਥੇ ਹੀ ਆਪ ਸਰਬ ਕਲਾ ਸ਼ਕਤੀਆਂ ਦੇ ਸਮਰੱਥ ਹੋ। ਨਾਨਕ ਦਾਸਨ ਦਾਸ ਤੁਧ ਆਗੈ ਮਿਨਵਤਾ, ਸਤਿਗੁਰੂ ਕਹਿਣ ਲੱਗੇ ਭਾਈ ਅਸੀਂ ਦਾਸਾਂ ਦੇ ਦਾਸ ਹਾਂ, ਸੇਵਕਾਂ ਦੇ ਵੀ ਅੱਗੇ ਸੇਵਕ, ਇੱਕ ਹੁੰਦਾ ਨੌਕਰ, ਇੱਕ ਨੌਕਰ ਦਾ ਵੀ ਅੱਗੇ ਨੌਕਰ ਹੁੰਦਾ। ਜਿਹੜੇ ਵੱਡੇ ਵੱਡੇ ਧਨਾਟ ਲੋਕ ਨਾ, ਪੈਸੇ ਵਾਲੇ ਅਮੀਰ ਲੋਕ, ਉਹਨਾਂ ਨੇ ਨੌਕਰ ਰੱਖੇ ਹੋਏ ਆਪਣਾ ਕੰਮ ਕਰਨ ਵਾਲੇ, ਦਫ਼ਤਰੀ ਕੰਮ ਇਹ ਕਰੇਗਾ, ਬਾਹਰ ਅੰਦਰ ਦੇ ਕੰਮ ਦੇਸ਼ ਵਿਦੇਸ਼ ਦੇ ਇਹ ਕਰੇਗਾ। ਫਿਰ ਉਹਨਾਂ ਨੌਕਰਾਂ ਦੇ ਵੀ ਅੱਗੇ ਨੌਕਰ ਹੁੰਦੇ ਵੀ ਇਹ ਗਾਂ ਇਹਦੀ ਗੱਡੀ ਚਲਾਵੇਗਾ, ਇਹਨੂੰ ਗਾਂ ਚਾਹ ਪਾਣੀ ਪਿਆਵੇਗਾ। ਇੱਕ ਨੌਕਰ ਹੈ, ਇੱਕ ਨੌਕਰ ਦਾ ਵੀ ਅੱਗੇ ਨੌਕਰ ਹੈ। ਪਰਮਾਤਮਾ ਇੱਕ ਤੇਰੇ ਦਾਸ ਨੇ ਜੋ ਤੇਰੇ ਦਰ 'ਤੇ ਸੁਭਾ ਪਾਉਂਦੇ ਪਏ, ਬੰਦਗੀ ਕਰਦੇ ਪਏ। ਇੱਕ ਉਹਨਾਂ ਦਾਸਾਂ ਦੇ ਅੱਗੇ ਦਾਸ ਜਿਹੜੇ ਸੇਵਾਦਾਰ ਨੇ, ਅਸੀਂ ਤਾਂ ਉਹ ਹਾਂ, ਸੇਵਾਦਾਰਾਂ ਦੇ ਵੀ ਅੱਗੇ ਸੇਵਾਦਾਰ ਹਾਂ। ਨਾਨਕ ਦਾਸਨ ਦਾਸ, ਤੇਰੇ ਦਾਸਰਿਆਂ ਦੇ ਵੀ ਅਸੀਂ ਦਾਸ ਹਾਂ। ਤੁਹਾਡੇ ਆਗਿਆ ਬਿਨਵਤਾ, ਤੇਰੇ ਅੱਗੇ ਬੇਨਤੀ ਕਰਦੇ, ਸਾਡੇ 'ਤੇ ਕਿਰਪਾ ਕਰ, ਅਸੀਂ ਇਸੇ ਤਰ੍ਹਾਂ ਤੇਰੇ ਦਾਸਾਂ ਦੇ ਦਾਸ ਬਣੇ ਰਹੀਏ। ਨਾਨਕ ਦਾਸ ਹੈ ਸੁੱਖ ਮੰਗੈ ਮੋਕੋ ਕਰ, ਮਹਾਰਾਜ ਅਸੀਂ ਕਿਰਪਾ ਕਰੋ, ਆਪਣੇ ਸੰਤਾਂ ਦੀ ਚਰਨਾਂ ਦੀ ਧੂੜੀ ਬਣਾਉਣਾ ਕਰੋ। ਸ਼ਲੋਕ ਮਹਲਾ ਪੰਜਵਾਂ, ਪੰਚਮ ਗੁਰਦੇਵ ਮਹਾਰਾਜ ਜੀ ਸ਼ਲੋਕ ਬਖਸ਼ਦੇ ਹਨ। ਛਤੜੇ ਬਾਜ਼ਾਰ, ਮਹਾਰਾਜ ਕਹਿਣ ਲੱਗੇ ਇਹ ਜਿਹੜਾ ਤਿੰਨ ਲੋਕ ਨੇ ਨਾ, ਮਾਤ ਲੋਕ, ਪਤਾਲ ਲੋਕ ਅਤੇ ਸਵਰਗ ਲੋਕ, ਇਹ ਜਿਹੜੇ ਤਿੰਨ ਲੋਕ ਨੇ ਪਰਮਾਤਮਾ ਜੀ, ਇਹ ਤਿੰਨ ਲੋਕ ਆਪ ਜੀ ਦੇ ਛੱਤੇ ਹੋਏ ਨੇ, ਬਣਾਏ ਹੋਏ ਨੇ, ਛੱਤੇ ਹੋਏ ਬਣਾਏ ਹੋਏ ਆਪ ਜੀ ਦੇ ਤਿੰਨ ਲੋਕ ਹਨ। ਸੋਨ ਵਿੱਚ ਵਪਾਰੀਆ, ਇਹਨਾਂ ਤਿੰਨਾਂ ਲੋਕਾਂ ਦੇ ਵਿੱਚ ਵਪਾਰੀ, ਕੋਈ ਵਪਾਰ ਕਰਦਾ, ਕੋਈ ਧੰਦਾ ਕਰਦਾ ਪਿਆ, ਇਹ ਸਾਰੇ ਵਪਾਰੀ ਵੀ ਆਪ ਜੀ ਦੇ ਬਣਾਏ ਹੋਏ, ਉਹ ਵੀ ਸ਼ੋਭਾ ਪਾਉਂਦੇ ਨੇ। ਤਿੰਨ ਲੋਕ ਤੁਸੀਂ ਛੱਤੇ ਹੋਏ ਨੇ, ਬਣਾਏ ਹੋਏ ਨੇ, ਸਵਰਗ ਲੋਕ, ਮਾਤ ਲੋਕ, ਪਤਾਲ ਲੋਕ, ਅਤੇ ਇਹਨਾਂ ਵਿੱਚ ਸ੍ਰੇਸ਼ਟ ਵਪਾਰੀ ਜਿਹੜੇ ਉਹ ਸ਼ੋਭਾ ਪਾਉਂਦੇ ਹਨ। ਫਿਰ ਮਹਾਰਾਜ ਇਸੇ ਪੰਕਤੀ ਨੂੰ ਫਰਮਾਉਂਦੇ ਹਨ, ਛਤੜੇ ਬਾਜ਼ਾਰ, ਮਹਾਰਾਜ ਕਹਿਣ ਲੱਗੇ ਐ ਪਰਮਾਤਮਾ, ਸ਼ੁਭ ਗੁਣਾਂ ਨਾਲ ਜਿਹੜੇ ਛੱਤੇ ਹੋਏ ਨੇ, ਸਤ, ਸੰਤੋਖ, ਦਇਆ, ਧਰਮ, ਇਹ ਜਿਹੜੇ ਗੁਰਮੁਖੋ ਸ਼ੁਭ ਗੁਣ ਹਨ, ਇਹ ਜਿਹੜੇ ਸ਼ੁਭ ਗੁਣ ਆਪ ਜੀ ਦੇ ਛੱਤੇ ਹੋਏ ਬਣਾਏ ਹੋਏ ਹਨ, ਸੋਨ ਵਿੱਚ ਵਪਾਰੀਏ, ਇਹ ਸਤਸੰਗਤ ਰੂਪੀ ਜਿਹੜਾ ਬਾਜ਼ਾਰ ਹੈ ਨਾ, ਇਹਦੇ ਵਿੱਚ ਸਾਧੂ ਜਿਹੜੇ ਮਹਾਤਮਾ ਨੇ ਉਹ ਵਪਾਰੀਏ ਸ਼ੋਭਾ ਪਾਉਂਦੇ। ਇਹ ਜਿਹੜੀ ਸਤਸੰਗਤ ਹੈ ਨਾ ਜਿੱਥੇ ਬੈਠੇ ਹਾਂ ਮਹਾਰਾਜ, ਸੰਗਤ ਵਿੱਚ ਆਪ ਜੀ ਨੇ ਸ਼ੁਭ ਗੁਣ ਪੈਦਾ ਕੀਤੇ, ਛਤੜੇ ਭਾਈ ਸ਼ੁਭ ਗੁਣਾਂ ਦੇ ਸਮੇਤ ਇਹ ਤੁਹਾਡੀ ਸਤਸੰਗਤ ਛੱਤੀ ਹੋਈ ਬਣਾਈ ਹੋਈ ਹੈ। ਸੋਹਣ ਵਿੱਚ ਵਪਾਰੀਏ, ਸੰਗਤ ਵਿੱਚ ਜਿੰਨੇ ਬੈਠੇ ਨੇ ਸਾਰੇ ਸਾਧੂ ਹੀ ਨੇ, ਜਿੰਨੇ ਆਪ ਬੈਠੇ ਹੋ ਨਾ, ਤੁਹਾਡੀ ਪਿਛਲੇ ਜਨਮਾਂ ਦੀ ਬੰਦਗੀ ਹੈ, ਕੋਈ ਚੰਗਾ ਕਰਮ ਹੈ, ਤੁਸੀਂ ਪਰਮੇਸ਼ਰ ਨੂੰ ਭਾਏ ਹੋ ਤਾਂ ਸੰਗਤ ਵਿੱਚ ਆ ਕੇ ਬੈਠੇ ਹੋ। ਮਹਾਰਾਜ ਤੁਹਾਡੀ ਸਤਸੰਗਤ ਜਿਹੜੀ ਹੈ ਇਹ ਸ਼ੁਭ ਗੁਣਾਂ ਦੇ ਨਾਲ ਛੱਤੀ ਹੋਈ ਬਣਾਈ ਹੋਈ, ਜਿੰਨੇ ਸੰਗਤ ਵਿੱਚ ਆ ਕੇ ਬੈਠੇ ਉਹ ਸਾਰੇ ਸਾਧੂ ਨੇ, ਸਾਰੇ ਬੰਦਗੀ ਹੈ, ਉਹਨਾਂ ਦਾ ਕਰਮ ਚੰਗਾ ਹੈ ਜਿਨ੍ਹਾਂ ਨੂੰ ਸੰਗਤ ਵਿੱਚ ਲਿਆ ਕੇ ਤੁਸੀਂ ਨਿਵਾਜਿਆ ਹੈ। ਇਸੇ ਪੰਕਤੀ ਨੂੰ ਮਹਾਰਾਜ ਫਿਰ ਫਰਮਾਉਂਦੇ ਹਨ, ਛਤੜੇ ਬਾਜ਼ਾਰ, ਮਹਾਰਾਜ ਇਹ ਜਿਹੜੀਆਂ ਸਰੀਰ ਦੀਆਂ ਸਾਡੀਆਂ ਇੰਦਰੀਆਂ ਨੇ ਨਾ, ਇਹ ਵੀ ਛਤੜੇ ਕਹੀਏ ਤੁਸੀਂ ਬਣਾਈਆਂ ਨੇ, ਅੱਖਾਂ ਵੀ ਤੁਸੀਂ ਬਣਾਈਆਂ, ਕੰਨ ਵੀ ਤੁਸੀਂ ਬਣਾਏ, ਜ਼ੁਬਾਨ ਵੀ ਤੁਸੀਂ ਬਣਾਈ ਹੈ, ਹੱਥ ਪੈਰ ਸਰੀਰ ਇਹ ਸਾਰਾ ਕੋਈ ਤੁਸੀਂ ਬਣਾਏ ਹੋਏ ਛੱਤੇ ਹੋਏ ਹਨ, ਇਹ ਤੁਹਾਡੀ ਸਭ ਕੁਝ ਦੁਨੀਆ ਬਣਾਈ ਹੈ। ਪੰਜ ਕੁਝ ਗੁਰਮੁਖ ਉਹ ਨੇ ਜਿਨ੍ਹਾਂ ਨੇ ਇਹਨਾਂ ਬਣਾਏ ਹੋਏ ਸਰੀਰ ਦੇ ਅੰਗਾਂ ਨੂੰ ਕੀ ਕੀਤਾ, ਦਮਨ ਕੀਤਾ ਹੋਇਆ, ਰੋਕ ਕੇ ਰੱਖਿਆ ਮਾੜੇ ਕਰਮਾਂ ਤੋਂ,
ਹੱਥ ਬਣਾਏ ਤੇ ਪਰਮਾਤਮਾ ਨੇ, ਪਰ ਸੰਤਾਂ ਨੇ ਰੋਕ ਕੇ ਰੱਖੇ ਵੀ ਹੱਥਾਂ ਨਾਲ ਮਾੜਾ ਕੰਮ ਨਹੀਂ ਕਰਨਾ ਹੈ। ਅੱਖਾਂ ਬਣਾਈਆਂ ਪਰਮਾਤਮਾ ਤੁਸੀਂ ਨੇ, ਪਰ ਸਾਧੂਆਂ ਨੇ ਰੋਕ ਕੇ ਰੱਖੀਆਂ ਵੀ ਇਹਨਾਂ ਨਾਲ ਮਾੜਾ ਨਹੀਂ ਧੱਕਣਾ ਹੈ। ਕੰਨ ਬਣਾਏ ਤੇ ਤੁਸੀਂ ਨੇ, ਪਰ ਰੱਬ ਦੇ ਸਾਧੂ ਜਿਹੜੇ ਬੰਦਗੀ ਵਾਲੇ, ਉਹਨਾਂ ਨੇ ਰੋਕ ਕੇ ਰੱਖੀਆਂ ਵੀ ਇਹਨਾਂ ਦੇ ਨਾਲ ਮਾੜਾ ਵਚਨ ਨਹੀਂ ਸੁਣਨਾ ਹੈ। ਐਸੇ ਸਤਿਗੁਰੂ ਪਾਤਸ਼ਾਹ ਜੀ ਆਪ ਕਿਰਪਾ ਕਰਦੇ ਹੋ ਕਿ ਤੁਹਾਡਾ ਹੀ ਸਭ ਕੁਝ ਬਣਾਇਆ ਹੋਇਆ ਹੈ। ਸੋ ਜਿਨ੍ਹਾਂ ਦੀਆਂ ਇੰਦਰੀਆਂ ਰੂਪ ਵਿਯਾਰ ਛੱਤੇ ਹੋਏ ਬਣਾਏ ਹੋਏ, ਭਾਵ ਉਹਨਾਂ ਗੁਰਮੁਖਾਂ ਨੇ ਦਮਨ ਕੀਤੇ, ਐਸੇ ਉਹ ਜਿਹੜੇ ਵਪਾਰੀ ਨੇ ਲੋਕ ਪ੍ਰਲੋਕ ਦੇ ਵਿੱਚ ਸ਼ੋਭਾ ਪਾਉਂਦੇ ਹਨ। ਵਖਰ ਹੈਗਾ ਪਾਰ, ਜਿਨ੍ਹਾਂ ਨੇ ਇੱਕ ਨਾਮ ਰੂਪੀ ਵੱਖਰ ਕਹੀਏ ਸੌਦਾ ਪ੍ਰਾਪਤ ਕੀਤਾ ਹੈ। ਵੱਖਰ ਨਾਮ ਹੈ ਸੌਦੇ ਦਾ, ਸੌਦਾ ਕਾਹਦਾ ਕੀਤਾ, ਨਾਮ ਦਾ। ਸੌਦਾ ਕਿਵੇਂ ਕਰੀਦਾ? ਆਪਣੀ ਜੇਬ ਵਿੱਚ ਪੈਸੇ ਨੇ, ਆਪਾਂ ਕਿਸੇ ਨੂੰ ਦੇਵਾਂਗੇ, ਉਹਦੇ ਕੋਲੋਂ ਵਸਤੂ ਖਰੀਦਾਂਗੇ, ਉਹਨੂੰ ਕਹਿੰਦੇ ਸੌਦਾ ਕੀਤਾ। ਇੱਥੇ ਸੌਦਾ ਨਾਮ ਦਾ ਤਾਂ ਕਰਦੇ ਪਏ ਹਾਂ, ਅਸੀਂ ਆਪਣੇ ਕੀਮਤੀ ਸਵਾਸ ਦਿੰਦੇ ਪਏ ਹਾਂ, ਸਵਾਸ ਦੇ ਕੇ ਅਤੇ ਨਾਮ ਲੈਂਦੇ ਪਏ ਹਾਂ। ਕਹਿਣ ਲੱਗੇ ਜਿਨ੍ਹਾਂ ਨੇ ਨਾਮ ਰੂਪੀ ਸੌਦਾ ਕੀਤਾ ਹੈ, ਨਾਨਕ ਖੱਟੇ ਸੋ ਧਣੀ। ਉਹ ਜਿਹੜੇ ਗੁਰਮੁਖ ਨੇ, ਉਹਨਾਂ ਨੇ ਨਾਮ ਰੂਪੀ ਸੌਦੇ ਦੀ ਖੱਟੀ ਕੀਤੀ ਹੈ, ਕਮਾਈ ਕੀਤੀ ਹੈ। ਖੱਟਣਾ ਕਮਾਉਣਾ ਪੰਜਾਬੀ ਦਾ ਸ਼ਬਦ ਹੈ, ਖੱਟੀ ਕਰਨੀ, ਉਹਨਾਂ ਨੇ ਖੱਟੀ ਕੀਤੀ। ਐਸੇ ਉਹ ਧਣੀ ਹਨ, ਧਨਾੜ ਹਨ, ਸ਼ਾਹੂਕਾਰ ਨੇ। ਭਾਗਠ ਸੱਚ ਸੋਏ, ਉਹ ਵੱਡਿਆਂ ਭਾਗਾਂ ਵਾਲੇ ਭਾਗਠ ਨੇ। ਹਰ ਸੰਤ ਤੁਮਾਰੇ ਜਿਨ ਕਰ ਧਨ ਹਰ ਨਾਮਾ, ਜਿਹਦੇ ਕੋਲ ਨਾਮ ਰੂਪੀ ਧਨ ਹੈ, ਅਸਲ ਦੇ ਵਿੱਚ ਉਹ ਵੱਡਿਆਂ ਭਾਗਾਂ ਵਾਲਾ ਸ਼ਾਹੂਕਾਰ ਹੈ। ਮਹੱਲਾ ਪੰਜਵਾਂ, ਕਬੀਰਾ ਹਮ ਹਮਰਾ ਕੋ ਨਹੀਂ, ਹਮ ਕਿਸ ਹੂੰ ਕੇ ਨਹੀਂ। ਪੰਚਮ ਗੁਰਦੇਵ ਗੁਰੂ ਅਰਜਨ ਦੇ ਪਾਤਸ਼ਾਹ ਨੇ ਸ਼ਬਦ ਉਚਾਰਿਆ ਹੈ, ਮਹੱਲਾ ਪੰਜਵਾਂ ਵੀ ਪੰਜਵੇਂ ਪਾਤਸ਼ਾਹ ਨੇ ਸ਼ਬਦ ਉਚਾਰਿਆ। ਪਰ ਇਹ ਸ਼ਬਦ ਉਚਾਰ ਕੇ ਮਹਾਰਾਜ ਸਾਹਿਬ ਜੀਆਂ ਨੇ ਕਬੀਰ ਸਾਹਿਬ ਜੀ ਨੂੰ ਅੱਗੇ ਬਖਸ਼ ਦਿੱਤਾ, ਜਿਹਨੂੰ ਆਪਾਂ ਕਹਿੰਦੇ ਹਾਂ ਵੀ ਸਿਰੋਪਾ ਦਿੱਤਾ। ਹੁਣ ਸਿਰੋਪਾ ਉਹ ਜਿਹੜਾ ਮਿਲਿਆ ਤਾਂ ਗੁਰੂ ਘਰ ਤੋਂ ਹੈ, ਪਰ ਜਿਹਨੂੰ ਮਿਲ ਜਾਂਦਾ, ਜਿਹਦੇ ਆਪਾਂ ਗਲ ਵਿੱਚ ਪਾ ਦਿੰਦੇ ਹਾਂ, ਉਹ ਫਿਰ ਸਿਰੋਪਾ ਉਹਦਾ ਹੀ ਹੋ ਜਾਂਦਾ। ਉਹਦੀ ਮਰਜ਼ੀ ਹੈ ਉਹਨੂੰ ਸਿਰ 'ਤੇ ਬੰਨ੍ਹ ਕੇ ਹੰਢਾ ਲਵੇ, ਉਹਦੀ ਮਰਜ਼ੀ ਹੈ ਉਹਨੂੰ ਸਾਂਭ ਕੇ ਰੱਖ ਲਵੇ। ਗੁਰੂ ਅੰਗਦ ਦੇਵ ਮਹਾਰਾਜ ਜੀ ਸਾਲ ਪਿੱਛੋਂ ਇੱਕ ਸਿਰੋ ਪਾਓ ਗੁਰੂ ਅਮਰਦਾਸ ਪਾਤਸ਼ਾਹ ਨੂੰ ਸੇਵਾ ਦੇ ਬਦਲੇ ਦਿਆ ਕਰਦੇ। 12 ਸਾਲ ਸੇਵਾ ਕੀਤੀ, 12 ਸਿਰੋ ਪਾਓ ਮਿਲੇ ਗੁਰੂ ਘਰ ਦੇ ਵੱਲੋਂ। ਅੱਜ ਅਸੀਂ ਦੁਨੀਆਂ ਵਿੱਚ ਸਿਰੋ ਪਾਓ ਬੜਾ ਸਸਤਾ ਬਣਾਤਾ, ਮੋਨਾ ਘੋਨਾ ਜਿਹੜਾ ਮਰਜ਼ੀ ਆ ਜਾਵੇ 4 ਛਿੱਲੜ ਦੇਵੇ ਸਹੀ, ਝੱਟ ਉਹਦੇ ਗਲ ਵਿੱਚ ਪਾਇਆ ਜਾਂਦਾ ਹੈ। ਸਾਨੂੰ ਸਿਰੋ ਪਾਓ ਦੀ ਕਦਰ ਹੀ ਕੋਈ ਨਹੀਂ ਰਹਿ ਗਈ ਵੀ ਸਿਰੋ ਪਾਓ ਹੈ ਕਾਹਦੇ ਵਾਸਤੇ। ਰਹੁ ਵਿਚਾਰ, ਸਿਰੋ ਪਾਓ ਉਹ ਹੈ ਜਿਹੜਾ ਦਿੱਤਾ ਜਾਵੇ ਅਤੇ ਉਸੇ ਦਾ ਹੀ ਹੋ ਜਾਂਦਾ। ਇਹ ਹੁਣ ਸ਼ਬਦ ਗੁਰੂ ਅਰਜਨ ਦੇਵ ਮਹਾਰਾਜ ਦਾ ਹੈ, ਪਰ ਮਹਾਰਾਜ ਦੀਆਂ ਨੇ ਇਹ ਸਿਰੋ ਪਾਓ ਦੇ ਰੂਪ ਵਿੱਚ ਭਗਤ ਕਬੀਰ ਸਾਹਿਬ ਜੀ ਨੂੰ ਦੇ ਦਿੱਤਾ ਹੈ, ਤਾਂ ਕਰਕੇ ਕਬੀਰ ਸਾਹਿਬ ਜੀ ਦਾ ਨਾਮ ਆ ਰਿਹਾ ਔਰ ਇਹ ਸ਼ਬਦ ਕਬੀਰ ਸਾਹਿਬ ਜੀ ਦਾ ਗਿਣਿਆ ਜਾਂਦਾ ਹੈ। ਕਬੀਰਾ ਹਮਰਾ ਕੋ ਨਹੀਂ, ਕਬੀਰ ਸਾਹਿਬ ਜੀ ਕਹਿੰਦੇ ਭਾਈ ਸਾਡਾ ਕੋਈ ਨਹੀਂ ਹੈ ਦੁਨੀਆਂ ਵਿੱਚ, ਪਰ ਇਹ ਤਾਂ ਜਿਨ੍ਹਾਂ ਦੀ ਅੱਖ ਖੁੱਲ੍ਹੀ ਹੈ ਉਹਨਾਂ ਨੂੰ ਪਤਾ ਅਸਲ ਵਿੱਚ ਹੈ ਵਾਕਿਆ ਹੀ ਕੋਈ ਨਹੀਂ ਕਿਸੇ ਦਾ। ਜਿਹੜੇ ਆਪਣੇ ਰਿਸ਼ਤੇਦਾਰੀਆਂ ਬਣੀਆਂ ਨਾ, ਇਹ ਆਪਾਂ ਲੈਣਾ ਦੇਣਾ ਕੋਈ ਪਿਛਲੇ ਕਰਮਾਂ ਦਾ, ਕਿਸੇ ਤੋਂ ਕੁਝ ਲੈਣਾ, ਕਿਸੇ ਨੂੰ ਕੁਝ ਦੇਣਾ, ਉਹਦੇ ਕਰਕੇ ਬੈਠੇ ਹਾਂ। ਕਈ ਵਾਰੀ ਪੁੱਤਰ ਧੀਆਂ ਬੜੇ ਸੁੱਖ ਦਿੰਦੇ, ਉਹ ਸਾਡਾ ਪਿਛਲਾ ਕਰਮ ਹੈ। ਅਸੀਂ ਆਖਦੇ ਪੁੱਤਰ ਧੀਆਂ ਬੜੇ ਚੰਗੇ ਬੜਾ ਸੁੱਖ ਦਿੰਦੇ, ਪਰ ਚੰਗੇ ਨਹੀਂ, ਤੇਰਾ ਕਰਮ ਚੰਗਾ, ਤੈਨੂੰ ਉਹਨਾਂ ਦੇ ਵਿੱਚੋਂ ਦੀ ਸੁੱਖ ਮਿਲਣਾ ਹੈ, ਤੂੰ ਕਰਮ ਇਸ ਤਰ੍ਹਾਂ ਦਾ ਕੀਤਾ। ਅਤੇ ਕਈ ਵਾਰੀ ਪੁੱਤਰ ਧੀਆਂ ਬੜੇ ਨਿਕੰਮੇ ਹੁੰਦੇ, ਹਰ ਵੇਲੇ ਦੁੱਖ ਹੀ ਦੇ ਛੱਡਦੇ, ਮਾਂ ਪਿਓ ਵਿਚਾਰੇ ਰੋਂਦੇ ਰਹਿੰਦੇ ਹਰ ਵੇਲੇ ਵੀ ਭੈੜੀ ਔਲਾਦ ਮਿਲੀ ਹੈ। ਔਲਾਦ ਭੈੜੀ ਨਹੀਂ ਹੈ, ਤੇਰਾ ਕਰਮ ਹੀ ਇੱਦਾਂ ਦਾ, ਪਰਮਾਤਮਾ ਨੇ ਉਹਨਾਂ ਦੇ ਵਿੱਚੋਂ ਦੀ ਤੈਨੂੰ ਦੁੱਖ ਦੇਣਾ ਹੈ, ਤੇਰੇ ਕਰਮ ਨੇ ਦੁੱਖ ਲੈਣਾ, ਅਤੇ ਉਹ ਪਰਮਾਤਮਾ ਨੇ ਬਹਾਨਾ ਬਣਾ ਦਿੱਤਾ ਹੈ। ਪਰ ਇਸ ਗੱਲ ਨੂੰ ਕੋਈ ਵਿਰਲਾ ਸਮਝਦਾ? ਮਹਾਰਾਜ ਕਹਿਣ ਲੱਗੇ ਕਬੀਰ ਹਮਰਾ ਕੋ ਨਹੀਂ, ਸਾਡਾ ਕੋਈ ਨਹੀਂ ਦੁਨੀਆਂ ਵਿੱਚ, ਅਸਲ ਵਿੱਚ ਹੈ ਕੋਈ ਨਹੀਂ ਹੈ ਕਿਸੇ ਦਾ, ਸਭ ਆਪਣਾ ਆਪਣੇ ਕਰਮ ਕਰਕੇ ਆਪਾਂ ਮਿਲੇ ਹਾਂ। ਜਿੱਦਣ ਕਰਮ ਆਪਣਾ ਅਗਲੇ ਨਾਲੋਂ ਖਤਮ ਹੋ ਗਿਆ, ਉੱਦਣ ਰਿਸ਼ਤੇਦਾਰੀ ਵੀ ਟੁੱਟੇਗੀ, ਅਤੇ ਜਿੱਦਣ ਬਿਲਕੁਲ ਹੀ ਖਤਮ ਹੋ ਗਿਆ, ਉੱਦਣ ਸਰੀਰ ਵੀ ਛੁੱਟੇਗਾ।
ਪਰ ਇਹ ਗੱਲ ਗੁਰਮੁਖਾਂ ਨੂੰ ਨਜ਼ਰ ਆਈ ਬੰਦਗੀ ਵਾਲਿਆਂ ਨੂੰ, ਕਹਿਣ ਲੱਗੇ ਹਮਰਾ ਕੋ ਨਹੀਂ ਸਾਡਾ ਕੋਈ ਨਹੀਂ ਹੈ, ਹਮ ਕਿਸੋਂ ਕੇ ਨਹੀਂ। ਤੇ ਜਦੋਂ ਸਾਡਾ ਕੋਈ ਨਹੀਂ ਫਿਰ ਆਪਾਂ ਵੀ ਕਿਸੇ ਦੇ ਨਹੀਂ, ਜੋ ਮਰਜ਼ੀ ਹੁੰਦਾ ਜਾਵੇ ਅਸੀਂ ਵੀ ਕਿਸੇ ਦੇ ਨਹੀਂ ਹਾਂ। ਇਹ ਰੱਬ ਦੇ ਪਿਆਰਿਆਂ ਨੇ ਜਾਣਿਆ ਸਾਡਾ ਕੋਈ ਨਹੀਂ ਅਸੀਂ ਵੀ ਕਿਸੇ ਦੇ ਨਹੀਂ ਹਾਂ। ਰਚਨ ਰਚਾਇਆ ਕਬੀਰ ਸਾਹਿਬ ਜੀ ਨੂੰ ਪੁੱਛਿਆ, ਕਬੀਰ ਸਾਹਿਬ ਜੀ ਬੜੇ ਆਪ ਜੀ ਸਖਤੀ ਵਾਲੇ ਬਚਨ ਕਰਦੇ ਪਏ, ਰੁੱਖੇ ਜਿਹੇ ਬਚਨ ਕਰ ਦਿੱਤੇ ਵੀ ਸਾਡਾ ਕੋਈ ਨਹੀਂ ਅਸੀਂ ਕਿਸੇ ਦੇ ਨਹੀਂ, ਆਪ ਜੀ ਵਾਕਿਆ ਹੀ ਕਿਸੇ ਦੇ ਨਹੀਂ। ਕਹਿਣ ਲੱਗੇ ਨਹੀਂ ਭਾਈ ਇੱਕ ਦੇ ਹੀ ਹਾਂ, ਜਿਹਨੇ ਇਹ ਰਚਨ ਰਚਾਇਆ, ਜਿਹਨੇ ਇਹ ਦੁਨੀਆ ਬਣਾਈ ਹੈ, ਦੁਨੀਆ ਦੀ ਬਨਾਵਟ ਨੂੰ ਜਿਹਨੇ ਬਣਾਇਆ, ਜਿਹਨੇ ਸੰਸਾਰ ਰਚਿਆ ਹੈ, ਅਸੀਂ ਤਾਂ ਉਹਦੇ ਵਿੱਚ ਹੀ ਸਮਾ ਗਏ ਹਾਂ, ਉਹਦੇ ਵਿੱਚ ਹੀ ਲੀਨ ਹੋ ਗਏ ਹਾਂ, ਉਹਦੇ ਵਿੱਚ ਹੀ ਅਸੀਂ ਸਮਾ ਗਏ ਹਾਂ। ਸਫਲਿਓ ਬਿਕ ਸੁਹਾਵੜਾ। ਕਹਿਣ ਲੱਗੇ ਭਾਈ ਉਹ ਜੋ ਪਰਮਾਤਮਾ ਹੈ ਨਾ ਉਹ ਇੱਕ ਰੁੱਖ ਦੇ ਵਾਂਗ ਹੈ, ਜਿਵੇਂ ਰੁੱਖ ਨੂੰ ਫਲ ਲੱਗਦੇ ਫੁੱਲ ਲੱਗਦੇ, ਭਰਿਆ ਫੁੱਲਿਆ ਰੁੱਖ ਹੈ। ਕਹਿਣ ਲੱਗੇ ਪਰਮਾਤਮਾ ਜਿਹੜਾ ਹੈ ਨਾ ਭਾਈ ਗੁਰਮੁਖੋ, ਸਫਲਿਓ ਬਿਰਖ ਸੁਹਾਵੜਾ, ਉਹ ਪਰਮਾਤਮਾ ਜਿਹੜਾ ਹੈ ਸੁਹਾਵੜਾ ਕਹੀਏ ਸ਼ੋਭਨੀਕ, ਸਹਿਤ ਫਲਾਂ ਦੇ ਭਰਿਆ ਹੋਇਆ ਇੱਕ ਰੁੱਖ ਸਮਝਣਾ ਕਰੋ। ਸਫਲ ਅੰਮ੍ਰਿਤਾ, ਉਸ ਪਰਮਾਤਮਾ ਨੂੰ ਫਲ ਲੱਗੇ ਹੋਏ ਨੇ। ਕਿਹੜੇ ਫਲ ਲੱਗੇ ਨੇ ਜੀ? ਅੰਮ੍ਰਿਤਾ ਤੋਂ ਭਾਵ ਹੈ ਮੌਤ ਤੋਂ ਰਹਿਤ ਹੋ ਜਾਣਾ। ਉਹ ਪਰਮਾਤਮਾ ਆਪ ਮੌਤ ਤੋਂ ਰਹਿਤ ਹੈ, ਉਹਨੂੰ ਕਦੇ ਮੌਤ ਨਹੀਂ ਆਉਂਦੀ ਹੈ। ਅਤੇ ਜਿਹੜੇ ਉਹਦੀ ਬੰਦਗੀ ਕਰਦੇ ਉਹਨਾਂ ਨੂੰ ਵੀ ਸੰਸਾਰੀ ਮੌਤ ਵਾਂਗੂ ਨਹੀਂ ਉਹ ਮਰਦੇ। ਬਚਨ ਆ ਗਿਆ ਨਾ, ਹਰ ਕੇ ਸੇਵਕ ਜੋ ਹਰ ਭਾਏ ਤਿੰਨ ਕੀ ਕਥਾ, ਨਰਾਰੀ ਦੇ ਆਵੇ ਨਾ ਜਾਵੇ ਨਾ ਕਬਹੂੰ ਮਰਤੇ ਪਾਰ, ਬ੍ਰਹਮ ਸੰਗਾਰੀ ਦੇ। ਉਹ ਸੰਸਾਰੀ ਦੁਨੀਆ ਵਾਂਗ ਜੰਮਦੇ ਮਰਦੇ ਨਹੀਂ, ਉਹਨਾਂ ਦੀ ਕਥਾ ਹੀ ਨਿਰਾਲੀ ਹੈ। ਨਾਮ ਰਹੇ ਹੋ ਸਾਧੂ, ਰਹੇ ਹੋ ਰਹੇ ਹੋ ਗੁਰ ਗੋਬਿੰਦ, ਐਸੇ ਉਹ ਗੁਰਮੁਖ ਬਣ ਜਾਂਦੇ ਹਨ। ਮਨ ਲੋਚਾ ਮਿਲਣ ਕੋ, ਐਸੇ ਪਰਮੇਸ਼ਰ ਨੂੰ ਮਿਲਣ ਨੂੰ ਸਾਡਾ ਮਨ ਲੋਚਿਆ ਕਹੀਏ ਚਾਹੁੰਦਾ ਹੈ। ਤੇ ਮਹਾਰਾਜ ਕਿਸ ਤਰ੍ਹਾਂ ਉਹਨੂੰ ਪਰਮਾਤਮਾ ਨੂੰ ਮਿਲਿਆ ਜਾਵੇ? ਹੁਣ ਮਨ ਤੇ ਚਾਹੁੰਦਾ ਨਾ, ਮਨ ਲੋਚਿਆ ਹਰ ਮਿਲਣ ਕੋ, ਮਨ ਤੇ ਚਾਹੁੰਦਾ ਵੀ ਪਰਮਾਤਮਾ ਨੂੰ ਮਿਲੀਏ, ਪਰ ਮਿਲੀਏ ਕਿਵੇਂ ਇਹ ਨਹੀਂ ਪਤਾ ਲੱਗਦਾ। ਸ਼ਹਿਰ ਦਾ ਤਾਂ ਪਤਾ ਵੀ ਫਲਾਣਾ ਸ਼ਹਿਰ ਹੈ, ਪਰ ਉਹਨੂੰ ਰਸਤਾ ਕਿਹੜਾ ਜਾਂਦਾ, ਰਾਹ ਕਿਹੜਾ ਜਾਂਦਾ, ਉਹ ਨਹੀਂ ਪਤਾ ਹੈ। ਪਰਮਾਤਮਾ ਦਾ ਪਤਾ ਤਾਂ ਹੈ ਵੀ ਰੱਬ ਵੀ ਹੈ, ਪਰ ਰੱਬ ਨੂੰ ਮਿਲੀਏ ਕਿਵੇਂ ਇਸ ਗੱਲ ਦਾ ਪਤਾ ਨਹੀਂ ਹੈ। ਚਿਹਨ ਬਹਾਰਾ ਉਹ ਅਗਮ ਅਜਤਾ, ਫਿਰ ਉਹ ਪਰਮਾਤਮਾ ਦਾ ਵਰਣ ਕੋਈ ਨਹੀਂ ਹੈ। ਚਾਰ ਵਰਣ ਨੇ ਨਾ, ਖੱਤਰੀ ਬ੍ਰਾਹਮਣ ਅਤੇ ਸ਼ੂਦਰ ਵੈਸ਼। ਜੇ ਉਹਨੂੰ ਪਤਾ ਲੱਗੇ ਵੀ ਰੱਬ ਫਲਾਣੀ ਜਾਤ ਦਾ, ਚਲੋ ਕੋਈ ਸਿਫਾਰਿਸ਼ ਹੀ ਪਾ ਲਈਏ, ਉਹਦੀ ਜਾਤ ਦਾ ਹੀ ਕੋਈ ਲੱਭ ਲਿਆਈਏ ਵੀ ਤੇਰੀ ਵੀ ਜਾਤ ਉਹ ਹੈ ਅਤੇ ਰੱਬ ਦੀ ਵੀ ਉਹ ਹੈ, ਸਿਫਾਰਿਸ਼ ਕਰ। ਵੈਸੇ ਅਸੀਂ ਕਹਿ ਦਿੰਦੇ ਹਾਂ ਮੇਰੀ ਫਲਾਣੀ ਗੋਤ ਹੈ ਗੁਰੂ ਨਾਲ ਮਿਲਦੀ ਹੈ, ਸਾਨੂੰ ਇਹ ਮਾਣ ਰਹਿੰਦਾ ਹਰ ਵੇਲੇ। ਪਰ ਮਹਾਰਾਜ ਕਹਿਣ ਲੱਗੇ ਗੁਰਮੁਖਾ, ਉੱਥੇ ਦੇਹ ਜਾਤ ਨਹੀਂ ਹੋ ਜਾਣੀ, ਉੱਥੇ ਤੇਰਾ ਕੀਤਾ ਕਰਮ ਜਾਣਾ। ਰੋ ਵਿਚਾਰ, ਪਰਮਾਤਮਾ ਦਾ ਵਰਣ ਕੋਈ ਨਹੀਂ ਹੈ, ਨਾ ਉਹ ਖੱਤਰੀ ਹੈ, ਨਾ ਉਹ ਬ੍ਰਾਹਮਣ ਹੈ, ਨਾ ਉਹ ਸ਼ੂਦਰ ਅਤੇ ਨਾ ਉਹ ਵੈਸ਼ ਹੈ, ਇਹਨਾਂ ਤੋਂ ਪਰੇ ਹੈ। ਅਤੇ ਚਿਹਨ ਕਹਿੰਦੇ ਨੇ ਚਿੰਨ੍ਹਾਂ ਨੂੰ, ਉਹਦਾ ਕੋਈ ਚਿੰਨ੍ਹ ਵੀ ਨਹੀਂ ਹੈ, ਕੋਈ ਨਿਸ਼ਾਨੀ ਕੋਈ ਨਹੀਂ ਹੈ ਪਰਮਾਤਮਾ ਦੀ। ਉਹ ਚਿੰਨ੍ਹਾਂ ਤੋਂ ਨਿਸ਼ਾਨੀਆਂ ਤੋਂ ਵੀ ਉਹ ਪਰਮਾਤਮਾ ਬਾਹਰਾ ਕਹੀਏ ਪਰੇ ਹੈ, ਇਹਨਾਂ ਗੱਲਾਂ ਤੋਂ ਕੋਈ ਨਿਸ਼ਾਨੀ ਨਹੀਂ ਹੈ। ਅਗਮ ਅਜਿੱਤਾ, ਫਿਰ ਉਹ ਪਰਮਾਤਮਾ ਅਗਮ ਹੈ, ਮਨ ਦੀ ਗਮਤਾ ਉਹਦੇ ਤੱਕ ਨਹੀਂ, ਅਜਿੱਤਾ ਜਿੱਤਿਆ ਨਹੀਂ ਜਾਂਦਾ, ਕਿਸੇ ਨੇ ਰੱਬ ਨੂੰ ਅਜੇ ਤੱਕ ਜਿੱਤਿਆ ਨਹੀਂ ਹੈ। ਉਹ ਪਿਆਰਾ ਜੀ ਕਾ, ਪਰ ਉਹ ਜਿਹੜਾ ਪਰਮਾਤਮਾ ਹੈ ਉਹ ਪਿਆਰਾ ਹੈ, ਆਪਣੇ ਸੰਤਾਂ ਨੂੰ ਗੁਰਮੁਖਾਂ ਨੂੰ ਪਿਆਰ ਕਰਦਾ, ਉਹ ਜੀਵਾਂ ਨੂੰ ਵੀ ਪਿਆਰ ਕਰਦਾ, ਆਪਾਂ ਨੂੰ ਪਿਆਰ ਕਰਦਾ ਹੈ, ਤਾਂ ਹੀ ਆਪਾਂ ਨੂੰ ਭੋਜਨ ਮਿਲਦਾ ਪਿਆ ਨਾ, ਸਾਹ ਮਿਲਦੇ ਪਏ। ਕਈ ਵਾਰੀ ਅਸੀਂ ਦੁਖੀ ਹੋ ਕੇ ਕਹਿ ਦਿੰਦੇ ਰੱਬ ਨੇ ਮੈਨੂੰ ਕੀ ਦਿੱਤਾ, ਰੱਬ ਤਾਂ ਮੇਰਾ ਵੈਰੀ ਹੈ। ਵੈਰ ਬਰਾਬਰ ਦੇ ਨਾਲ ਹੁੰਦਾ, ਵੈਰ ਵੱਡੇ ਦੇ ਨਾਲ ਹੁੰਦਾ। ਅਸੀਂ ਰੱਬ ਦੇ ਕਿਹੜੇ ਪਾਸਿਓਂ ਬਰਾਬਰ ਹਾਂ ਅਤੇ ਕਿਹੜੇ ਪਾਸਿਓਂ ਵੱਡੇ ਹਾਂ? ਸਾਡੇ ਨਾਲ ਕਾਹਦਾ ਵੈਰ ਉਹਨੇ ਕਰਨਾ, ਸਾਡੇ ਨਾਲ ਵੈਰ ਕਰਕੇ ਉਹਨੇ ਖੱਟਣਾ ਕੀ ਹੈ? ਉਹ ਪਰਮਾਤਮਾ ਵੈਰੀ ਨਹੀਂ ਹੈ, ਉਹ ਪਰਮਾਤਮਾ ਕੀ ਹੈ, ਸਾਰੇ ਜੀਵਾਂ ਨੂੰ ਪਿਆਰ ਕਰਦਾ ਹੈ,
ਪਰ ਦੁੱਖ ਸੁੱਖ ਜਿਹੜਾ ਤੈਨੂੰ ਮਿਲਿਆ ਉਹ ਤੇਰੇ ਕਰਮਾਂ ਦੀ ਨਿਸ਼ਾਨੀ ਹੈ। ਖੋਲੇ ਪਿਤਾ ਤੇ ਉਹ ਪਰਮਾਤਮਾ ਫਿਰ ਅਗਿਆਨ ਰੂਪੀ ਭਿੱਤਾ ਕਹੀਏ ਤਖਤਾ ਵੀ ਖੋਲ ਦਿੰਦਾ ਹੈ। ਇਹ ਅਗਿਆਨਤਾ ਦੇ ਜਿਹੜੇ ਦਰਵਾਜ਼ੇ ਬੰਦ ਹੋ ਚੁੱਕੇ ਇਹਨਾਂ ਨੂੰ ਖੁੱਲ੍ਹਣ ਵਾਲਾ ਵੀ ਉਹ ਆਪ ਹੈ। ਸੇਵਾ ਕਰੀ ਤਸਾੜੀਆ ਮਹਾਰਾਜ ਸਾਡੇ 'ਤੇ ਕਿਰਪਾ ਕਰੋ, ਅਸੀਂ ਆਪ ਜੀ ਦੀ ਸੇਵਾ ਕਰਨੀ ਚਾਹੁੰਦੇ ਹਾਂ, ਸਾਡੇ 'ਤੇ ਕਿਰਪਾ ਕਰਕੇ ਮਹਾਰਾਜ ਇਹ ਬਖਸ਼ਿਸ਼ ਕਰ ਦਿਓ ਕਿ ਮੈਂ ਤੁਹਾਡੀ ਸੇਵਾ ਕਰਨੀ ਕਰਦਾ ਹਾਂ। ਦੱਸਿਓ ਮਿੱਤਾ ਇਸ ਕਰਕੇ ਹੇ ਮਿੱਤਰੋ ਬੇਨਤੀ ਕਰਿਆ ਕਰੋ, ਸਾਧੂਆਂ ਦੇ ਅੱਗੇ ਜਾ ਕੇ, ਨਾਮ ਜਪਣ ਵਾਲਿਆਂ ਦੇ ਅੱਗੇ ਜਾ ਕੇ ਬੇਨਤੀ ਕਰੋ, ਐ ਗੁਰਮੁਖੋ ਅਸੀਂ ਤੁਹਾਡੀ ਸੇਵਾ ਕਰਦੇ ਹਾਂ ਪਰ ਸਾਡੇ 'ਤੇ ਕਿਰਪਾ ਇਹ ਕਰ ਦਿਓ ਵੀ ਸਾਨੂੰ ਦੱਸੇ ਹੋ, ਰਾਹ ਦੱਸ ਦਿਓ ਵੀ ਰੱਬ ਮਿਲੀਦਾ ਕਿਵੇਂ ਹੈ। ਕੋਈ ਜਨ ਹਰ ਸਿਉਂ ਦੇਵੈ ਜੋਰ, ਚਰਨ ਗਹੋਂ ਬਕੋ ਸੁਭ ਰਸਨਾ ਦੀਜੈ। ਕੋਈ ਰੱਬ ਦੀ ਰਾਹ ਦੱਸੇ ਤਾਂ ਸਹੀ, ਜੇ ਪ੍ਰਾਣ ਵੀ ਦੇਣੇ ਪੈਣ ਤਾਂ ਉਹ ਵੀ ਪਿੱਛੇ ਨਾ ਰਹਿਣ। ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੈ, ਸੋ ਭਾਈ ਸੋ ਮੇਰਾ ਵੀਰ। ਰੱਬ ਦੀ ਕੋਈ ਗੱਲ ਸੁਣਾਵੇ ਉਹ ਮੇਰੇ ਭਰਾ ਨਾਲੋਂ ਵੀ ਜ਼ਿਆਦਾ ਨੇੜੇ ਹੈ। ਮਹਾਰਾਜ ਬਚਨ ਬਖਸ਼ਿਸ਼ ਕਰਦੇ ਪਏ, ਕਹਿਣ ਲੱਗੇ ਦੱਸਿਓ ਮਿੱਤਾ, ਐ ਮਿੱਤਰ ਸੰਤ ਜਨੋ ਦੱਸੋ, ਸਾਨੂੰ ਰਸਤਾ ਦੱਸੋ, ਅਸੀਂ ਜੋ ਕਹੋਗੇ ਤੁਹਾਡੀ ਸੇਵਾ ਕਰਾਂਗੇ, ਪਰ ਕਿਰਪਾ ਇਹ ਕਰਦੇ ਵੀ ਪਰਮਾਤਮਾ ਮਿਲੇ ਐਸਾ ਰਸਤਾ ਦੱਸਣਾ ਕਰੋ। ਗੁਰਬਾਣੀ ਵੰਜਾਵਾਨ ਉਹਨਾਂ ਗੁਰਮੁਖਾਂ ਤੋਂ ਭਾਈ ਕੁਰਬਾਨ ਜਾਈਏ, ਸਦਕੇ ਜਾਈਏ, ਉਹਨਾਂ ਗੁਰਮੁਖਾਂ ਤੋਂ ਕੁਰਬਾਨ ਬਲਿਹਾਰ ਸਦਕੇ ਜਾਣਾ ਕਰੀਏ। ਬਲ ਕੀਤਾ ਭਾਈ ਬਲੇ ਬਲ ਕੀਤਾ ਉਹਨਾਂ ਦੇ ਉੱਪਰੋਂ ਬਲਿਹਾਰ ਜਾਈਏ ਸਦਕੇ ਜਾਈਏ, ਜਿਨ੍ਹਾਂ ਗੁਰਮੁਖਾਂ ਨੂੰ ਉਹ ਪਰਮਾਤਮਾ ਮਿਲਿਆ ਹੈ। ਸੰਤ ਪਿਆਰਿਆ ਜਦੋਂ ਫਿਰ ਇਸ ਤਰ੍ਹਾਂ ਬੇਨਤੀ ਕੀਤੀ ਨਾ, ਫਿਰ ਪਿਆਰੇ ਸੰਤਾਂ ਦੇ ਮਨ ਵਿੱਚ ਦਇਆ ਆ ਗਈ, ਪਿਆਰ ਆ ਗਿਆ ਉਹਨਾਂ ਦੇ ਮਨ ਵਿੱਚ ਵੀ ਚਲੋ ਭਾਈ ਜੀ ਇੰਨੀਆਂ ਬੇਨਤੀਆਂ ਕਰਦਾ ਪਿਆ, ਦੱਸ ਹੀ ਦਈਏ ਫਿਰ ਇਹਨੂੰ। ਫਿਰ ਬਚਨ ਕਰਦੇ ਦੱਸਣ ਸੰਤ ਪਿਆਰਿਆ, ਉਹ ਜਿਹੜੇ ਪਿਆਰੇ ਸੰਤ ਨੇ ਫਿਰ ਦੱਸਣ ਲੱਗੇ, ਕਹਿਣ ਲੱਗੇ ਉਹ ਪਿਆਰੇ ਗੁਰਮੁਖਾ ਸੁਣ ਫਿਰ ਬਚਨ, ਅਸੀਂ ਤੈਨੂੰ ਦੱਸ ਦਿੰਦੇ ਹਾਂ। ਜੇ ਰੱਬ ਨੂੰ ਪਾਉਣਾ ਚਾਹੁੰਦਾ ਰਸਤਾ ਕੀ ਦੱਸਿਆ, ਰਸਤਾ ਇਹ ਦੱਸਿਆ ਉਹਨਾਂ ਨੇ, ਸੁਣਹੋ ਲਾਏ ਚਿੱਤਾ, ਆਪਣਾ ਚਿੱਤ ਲਾ ਕੇ ਬਾਣੀ ਸੁਣਿਆ ਕਰ, ਇਹ ਰੱਬ ਨੂੰ ਮਿਲਣ ਦਾ ਰਾਹ ਹੈ। ਸੰਗਤ ਵਿੱਚ ਆ ਕੇ ਬੈਠੇ ਹਾਂ, ਜੇ ਚਿੱਤ ਲਾ ਕੇ ਕੀਰਤਨ ਸੁਣਾਂਗੇ, ਚਿੱਤ ਲਾ ਕੇ ਕਥਾ ਸੁਣਾਂਗੇ, ਚਿੱਤ ਲਾ ਕੇ ਗੁਰਬਾਣੀ ਦਾ ਪਾਠ ਸੁਣਾਂਗੇ, ਇਹ ਰੱਬ ਨੂੰ ਮਿਲਣ ਦਾ ਰਾਹ ਹੈ, ਇਹ ਹੈ ਰਸਤਾ। ਪਰ ਇਹ ਰਸਤਾ ਉਹਨਾਂ ਨੂੰ ਮਿਲਿਆ ਜਿਨ੍ਹਾਂ ਨੇ ਸੇਵਾ ਕਰਕੇ ਕਿਸੇ ਸਾਧੂ ਨੂੰ ਖੁਸ਼ ਕੀਤਾ, ਪਰ ਗੁਰਮੁਖੋ ਸਾਡੇ ਦੇ ਵੱਡੇ ਭਾਗ ਨੇ, ਸਾਨੂੰ ਸੰਗਤ ਵਿੱਚ ਬਿਠਾ ਕੇ ਮਹਾਰਾਜ ਨੇ ਵੈਸੇ ਹੀ ਦੱਸ ਦਿੱਤਾ ਵੀ ਜੇ ਪਰਮਾਤਮਾ ਨੂੰ ਮਿਲਣਾ ਚਾਹੁੰਦਾ ਤਾਂ ਸੁਣਹੋ ਲਾਏ ਚਿੱਤਾ, ਉਹਦੀ ਬੰਦਗੀ ਨੂੰ ਉਹਦੇ ਨਾਮ ਨੂੰ ਚਿੱਤ ਲਾ ਕੇ ਸੁਣਿਆ ਕਰ। ਮਹਾਰਾਜ ਜੀਆਂ ਦਾ ਬਚਨ ਆਪਾਂ ਪੜ੍ਹਦੇ ਹਾਂ ਗੁਰਬਾਣੀ ਦੇ ਅੰਦਰ, ਕੋਈ ਗਾਵੈ ਉਹ ਸੁਣੈ, ਅੱਗੇ ਬਚਨ ਉਹਨਾਂ ਨੇ ਆਖਿਆ ਹਰ ਨਾਮਾ ਚਿੱਤ ਲਾਏ। ਚਿੱਤ ਲਾਉਣ ਦੀ ਗੱਲ ਆ ਗਈ ਨਾ, ਗਾਉਣ ਵਾਲੇ ਦਾ ਚਿੱਤ ਲੱਗਾ ਉਹਨੂੰ ਰੱਬ ਮਿਲੇਗਾ, ਸੁਣਨ ਵਾਲੇ ਦਾ ਚਿੱਤ ਲੱਗਾ ਉਹਦੀ ਬੰਦਗੀ ਵਿੱਚ ਰੱਬ ਉਹਨੂੰ ਵੀ ਮਿਲੇਗਾ। ਪਰ ਜੇ ਗਾਉਣ ਵਾਲੇ ਦਾ ਵੀ ਚਿੱਤ ਨਹੀਂ ਲੱਗਾ ਭੜਕਦਾ ਪਿਆ, ਅਤੇ ਸੁਣਨ ਵਾਲੇ ਦਾ ਨਹੀਂ ਲੱਗਾ ਭੜਕਦਾ ਪਿਆ, ਪ੍ਰਾਪਤੀ ਕਿਵੇਂ ਹੋਵੇ। ਤਾਂ ਹੀ ਬੇਨਤੀ ਕਰੀ ਦੀ ਹੈ ਵੀ ਜਦੋਂ ਸੰਗਤ ਵਿੱਚ ਆਉਂਦੇ ਹੋ ਆਪਣੇ ਮੋਬਾਈਲ ਫੋਨ ਕਿਰਪਾ ਕਰਕੇ ਜੇ ਲੋੜ ਨਹੀਂ ਹੈ ਤਾਂ ਇਹਨਾਂ ਨੂੰ ਘਰੇ ਛੱਡ ਦਿਆ ਕਰੋ। ਇਹ ਮੋਬਾਈਲ ਵੀ ਇੱਕ ਕਲਯੁੱਗ ਹੀ ਹੈ ਜਿਹੜਾ ਤੁਹਾਡਾ ਧਿਆਨ ਤੋੜਦਾ। ਕੋਈ ਇੰਨਾ ਜ਼ਰੂਰੀ ਤਾਂ ਅਸੀਂ ਬਿਜ਼ਨਸ ਨਹੀਂ ਹੈ ਵੀ ਜਿਹੜਾ ਸਾਡੇ ਇੱਥੇ ਅੱਧਾ ਘੰਟਾ ਕਥਾ ਸੁਣਦਿਆਂ ਪਿੱਛੋਂ ਰੁਕ ਜਾਏਗਾ। ਅਤੇ ਜੇ ਫਿਰ ਵੀ ਕੋਈ ਬਹੁਤਾ ਜ਼ਰੂਰੀ ਹੈ ਵੀ ਬਹੁਤੀ ਜ਼ਰੂਰੀ ਕੋਈ ਗੱਲ ਹੋਣੀ ਹੈ ਜਾਂ ਕਰਨੀ ਹੈ ਤਾਂ ਇਹਨੂੰ ਜਦੋਂ ਆਪਾਂ ਜੋੜਾ ਘਰ ਵਿੱਚ ਜੋੜਾ ਉਤਾਰਦੇ ਹਾਂ ਨਾ, ਉੱਥੇ ਚੇਤਾ ਰੱਖਿਆ ਕਰੋ ਵੀ ਇਹਦਾ ਫਿਰ ਆਵਾਜ਼ ਬੰਦ ਕਰ ਲਈਏ ਵੀ ਸੰਗਤ ਵਿੱਚ ਜੇ ਇਹ ਫੋਨ ਆਵੇ ਤਾਂ ਵੱਜੇ ਨਾ, ਅਤੇ ਸਾਨੂੰ ਪਤਾ ਲੱਗ ਗਿਆ ਅਤੇ ਫਿਰ ਅਸੀਂ ਉੱਠ ਕੇ ਬਾਹਰ ਜਾ ਕੇ ਸੁਣ ਸਕਦੇ ਹਾਂ। ਪਰ ਜੇ ਸੰਗਤ ਵਿੱਚ ਸਾਡਾ ਮੋਬਾਈਲ ਵੀ ਵੱਜੀ ਜਾ ਰਿਹਾ, ਅਸੀਂ ਗੱਲਾਂ ਵੀ ਕਰੀ ਜਾ ਰਹੇ, ਦੂਜੇ ਪਾਸੇ ਆਖਦੇ ਰੱਬ ਨੂੰ ਵੀ ਮੈਂ ਮਿਲਣਾ, ਫਿਰ ਰੱਬ ਇਸ ਤਰ੍ਹਾਂ ਥੋੜ੍ਹੀ ਮਿਲਦਾ। ਮਹਾਰਾਜ ਕਹਿਣ ਲੱਗੇ ਸੁਣਿਓ ਲਾਏ ਚਿੱਤਾ, ਰੱਬ ਮਿਲਦਾ ਤਾਂ ਜੇ ਚਿੱਤ ਲੱਗੇਗਾ,
ਹੁਣ ਤੇਰੇ ਫੋਨ ਨੇ ਆਵਾਜ਼ ਕੀਤੀ ਹੈ, ਤੇਰਾ ਚਿੱਤ ਤਾਂ ਨਹੀਂ ਲੱਗਾ, ਪਰ ਜਿਹੜੇ 10-15 ਤੇਰੇ ਨਾਲ ਅੱਗੇ ਪਿੱਛੇ ਸੱਜੇ ਖੱਬੇ ਬੈਠੇ, ਤੂੰ ਉਹਨਾਂ ਦਾ ਚਿੱਤ ਵੀ ਜਿਹੜਾ ਹੈ ਉਹ ਪਾਸੇ ਕਰ ਦਿੱਤਾ ਹੈ। ਤੈਨੂੰ ਨਹੀਂ ਪਤਾ ਤੇਰੇ ਸੱਜੇ ਖੱਬੇ ਕੋਈ ਕਿੰਨੇ ਧਿਆਨ ਨਾਲ ਬੈਠਾ ਹੈ, ਕਿੰਨਾ ਧਿਆਨ ਜੁੜਿਆ, ਕਿਹਨੂੰ ਕਿੰਨਾ ਰਸ ਆ ਰਿਹਾ, ਪਰ ਤੇਰੇ ਮੋਬਾਈਲ ਨੇ ਤੇਰਾ ਤਾਂ ਧਿਆਨ ਖਰਾਬ ਕੀਤਾ ਹੀ ਹੈ, ਪੱਟਿਆ ਹੀ ਹੈ। ਜਿਹਨੂੰ ਆਨੰਦ ਆ ਰਿਹਾ ਉਹਦਾ ਧਿਆਨ ਵੀ ਪੱਟ ਦਿੱਤਾ ਹੈ। ਗੁਰਮੁਖੋ, ਧਿਆਨ ਜੋੜਨਾ ਬੜੀ ਬੰਦਗੀ ਦੀ ਲੋੜ ਹੈ, ਬੜੀ ਬਖਸ਼ਿਸ਼ ਦੀ ਲੋੜ ਹੈ, ਪਰ ਜਿਹੜਾ ਜੁੜੇ ਹੋਏ ਧਿਆਨ ਨੂੰ ਤੋੜਦਾ ਹੈ ਨਾ, ਸਮਝ ਲਓ ਵੀ ਉਹਨੇ ਵੱਡਾ ਹੀ ਪਾਪ ਕੀਤਾ ਸੰਗਤ ਵਿੱਚ ਆ ਕੇ। ਹਰਦਸ ਕਰਤੇ ਬਾਤ ਚਲਾਵੇ, ਕਹਿ ਗੋਬਿੰਦ ਸਿੰਘ ਜੰਮ ਧੱਕੇ ਲਾਵੇ। ਤਾਂ ਆਖਿਆ ਜਾਂਦਾ ਵੀ ਸੰਗਤ ਵਿੱਚ ਆ ਕੇ ਬਿਲਕੁਲ ਸਾਹ ਦੀ ਆਵਾਜ਼ ਨਾ ਆਵੇ, ਇਸ ਤਰ੍ਹਾਂ ਧਿਆਨ ਟਿਕੇ, ਰੱਬ ਦਾ ਰਾਹ ਤਾਂ ਮਿਲਣਾ ਹੈ। ਮਹਾਰਾਜ ਕਹਿਣ ਲੱਗੇ, ਭਾਈ ਇਹ ਰਸਤਾ ਹੈ ਜਿਸ ਲਿਖਿਆ ਨਾਨਕ ਦਾਸ ਤੇ ਸ। ਮਹਾਰਾਜ ਕਹਿਣ ਲੱਗੇ, ਭਾਈ ਜਿਸ ਦਾਸ ਦੇ ਮੱਥੇ ਦੇ ਉੱਪਰ ਲਿਖਿਆ ਨਾ ਪਰਮਾਤਮਾ ਨੇ ਲੇਖ ਲਿਖਿਆ, ਕਰਮ ਲਿਖਿਆ ਹੈ, ਅੰਮ੍ਰਿਤ ਸਤਿਗੁਰ ਦਿੱਤਾ, ਤੇ ਸਤਿਗੁਰਾਂ ਨੇ ਫਿਰ ਉਸ ਨੂੰ ਨਾਮ ਰੂਪੀ ਅੰਮ੍ਰਿਤ ਦਿੱਤਾ ਹੈ। ਇਹ ਨਾਮ ਅੰਮ੍ਰਿਤ ਉਹਨਾਂ ਗੁਰਮੁਖਾਂ ਨੂੰ ਮਿਲਿਆ ਜਿਨ੍ਹਾਂ ਦੇ ਮੱਥੇ ਦੇ ਉੱਪਰ ਪਰਮਾਤਮਾ ਨੇ ਲੇਖ ਲਿਖਿਆ, ਔਰ ਲੇਖ ਲਿਖਿਆ ਜਾਣਾ ਸੰਗਤ ਵਿੱਚ ਆ ਕੇ। ਇਹ ਆਪਾਂ ਤਾਂ ਮੱਥਾ ਟੇਕਦੇ ਹਾਂ ਗੁਰੂ ਦੇ ਅੱਗੇ, ਮੱਥਾ ਤਾਂ ਥੱਲੇ ਲਾਈਦਾ, ਮਹਾਰਾਜ ਲੇਖ ਲਿਖ ਦਿਓ ਸਾਡਾ ਭਲਾ ਹੋਵੇ। ਇਹ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਦਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਵਿਚਾਰ ਕਰਦਿਆਂ ਭੁੱਲ ਚੁੱਕ ਦੀ ਮੁਆਫ਼ੀ, ਬਚਨ ਗੁਰੂ ਕੇ ਹਿਰਦੇ ਵਸ ਜਾਣ, ਸਾਡਾ ਭਲਾ ਹੋਵੇ। ਦਿਓ ਸੱਜਣ ਅਸੀਸੜੀਆਂ, ਸਾਹਿਬ ਸਿਓ ਮੇਲ ਦਰਸਨ ਸੰਤ ਪਿਆਰਿਆ, ਸੁਣੋ ਲਾਏ ਚਿੱਤਾ ਜਿਸ ਲਿਖਿਆ ਨਾਨਕ ਦਾਸ ਤਿਸ, ਨਾਉ ਅੰਮ੍ਰਿਤ ਸਤਿਗੁਰ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।